ਅਸਤਾਜੀ ਅਸਤਾਜੀ ਭੁੱਖ ਬੜੀ ਲੱਗੀ ਆ, ਰੋਟੀ ਖਵਾਉਣੀ ਕਿ ਨਹੀਂ ਖਵਾਉਣੀ? ਓਏ ਖੜ ਜਾ, ਰੋਟੀ ਵੀ ਖਵਾਉਣਾ ਤੇ ਰੌਣਕਾਂ ਵੀ ਦਿਖਾਉਣਾ। ਚੱਲ ਮੇਰੀ ਰਾਣੀ, ਤੂੰ ਵੀ ਪੀ ਲਈ ਪਾਣੀ ਟੀਟੂ ਦੇ ਢਾਬੇ ਤੇ। ਸਤਿ ਸ਼੍ਰੀ ਅਕਾਲ ਜੀ, ਚੀਚੂ ਉਸਤਾਦ ਜੀ, ਸਤਿ ਸ਼੍ਰੀ ਅਕਾਲ। ਅੱਛਾ, ਟੀਟੂ ਦੇ ਢਾਬੇ 'ਤੇ ਕੋਈ ਸਭ ਤੋਂ ਵਧੀਆ ਜੇ ਕਿਰਦਾਰ ਮੈਨੂੰ ਲੱਗਦਾ ਨਾ, ਤੇ ਉਹ ਆ ਚੀਚੂ ਉਸਤਾਦ। ਕਿਉਂਕਿ ਢਾਬੇ ਉੱਤੇ ਜੋ ਮਰਜ਼ੀ ਹੰਗਾਮਾ ਹੁੰਦਾ ਰਹੇ, ਲੜਾਈ ਝਗੜਾ ਹੁੰਦਾ ਰਹੇ, ਖਲਾਰਾ ਪੈਂਦਾ ਰਹੇ, ਇਸ ਬੰਦੇ ਦਾ ਉੱਧਰ ਕੋਈ ਧਿਆਨ ਨਹੀਂ ਜਾਂਦਾ। ਇਹਦਾ ਮੂੰਹ ਇੱਧਰ ਰਹਿੰਦਾ, ਖੁਸ਼ ਮਿਜ਼ਾਜ ਹੈ ਨਾ। ਹਰ ਬੰਦੇ ਨੂੰ ਖੁਸ਼ ਮਿਜ਼ਾਜ ਰਹਿਣਾ ਚਾਹੀਦਾ, ਕਿਉਂਕਿ ਬਿਮਾਰੀ ਨਹੀਂ ਲੱਗਦੀ ਖੁਸ਼ ਰਹਿਣ ਨਾਲ। ਅਤੇ ਮੈਨੂੰ ਪੂਰਾ ਯਕੀਨ ਆ ਵੀ ਅਗਲੇ ਇੱਕ ਘੰਟੇ ਵਾਸਤੇ ਟੀਟੂ ਦੇ ਢਾਬੇ 'ਤੇ ਮਜ਼ੇਦਾਰ ਹੰਗਾਮਾ ਵੇਖ ਕੇ ਤੁਹਾਡਾ ਮੂੰਹ ਵੀ ਇੱਦਾਂ ਹੀ ਰਹੇਗਾ। ਦੋ ਸੱਪ ਦੇ ਬੱਚੇ ਗੁੱਤ ਕਰਾ ਲਾ ਪਹਿਲਾਂ, ਹਿੱਲੀ ਜਾਂਦੀ ਹੈ। ਦਾਦੀ ਜੀ, ਮੈਂ ਗੁੱਤ ਜੀ ਕਟਾ ਕੇ ਪਟੇ ਨਾ ਕਰਾ ਲਾਂ। ਗੱਲ ਸੁਣੀ, ਅੱਜ ਤਾਂ ਕਹਿਤਾ, ਮੁੜ ਕੇ ਗੱਲ ਨਾ ਕਹੀ। ਨਹੀਂ, ਗੁੱਤ ਤਾਂ ਪੰਜਾਬੀ ਸੱਭਿਆਚਾਰ ਦਾ ਗਹਿਣਾ ਹੈ। ਤੁਹਾਨੂੰ ਪਤਾ ਬਾਲ ਕਟਾ ਕੇ ਕੁੜੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ। ਪਤਾ, ਪਟੇ ਕਰਾ ਕੇ ਬਾਲ ਖਿਲਾਰ ਕੇ ਕੁੜੀਆਂ ਬਾਂਦਰ ਬੁੱਥੀ ਲੱਗਦੀਆਂ ਨੇ। ਮੈਨੂੰ ਤਾਂ ਡਰ ਲੱਗਦਾ ਹੈ, ਪਤਾ ਕਿਉਂ? ਮੇਰੀ ਨਾ ਨੰਦ ਸੀ, ਅੱਛਾ, ਭਾਈ ਉਹਨੇ ਪਟੇ ਕਰਾ ਲਏ। ਪਟੇ ਕਰਾ ਕੇ ਉਹਨੇ ਗਲੀ 'ਚ ਪੈਰ ਰੱਖਿਆ ਤਾਂ ਮਗਰ ਕੁੱਤੇ ਲੱਗ ਗਏ ਗਲੀ ਦੇ, ਤੇ ਫਿਰ ਨਾ ਉਹ ਤਾਂ ਉੱਥੋਂ ਭੱਜ ਗਈ, ਬੋਹੜ ਕੋਲੇ ਚਲੀ ਗਏ। ਅੱਛਾ, ਉੱਥੇ ਬੰਦੇ ਨਾ ਤਾਸ਼ ਖੇਲੀ ਜਾਂਦੇ ਸੀ ਜੈ ਵੱਡੇ ਦੇ। ਅੱਛਾ, ਕੁੜੀ ਨੂੰ ਦੇਖ ਕੇ ਕਹਿੰਦੇ, ਓਏ ਬਲਾ ਗਈ, ਭੂਤ ਹੈ ਭੂਤ ਹੈ। ਭਾਈ, ਕੁੜੀ ਤਾਂ ਡਰਦੀ ਮਾਰੀ ਗਾਂਹ ਭੱਜ ਲਈ, ਉਦੋਂ ਦੀ ਭੱਜੀ ਹੋਈ, ਹੁਣ ਤੱਕ ਘਰੇ ਨਹੀਂ ਆਈ। ਪਟੇ ਕਰਾਵਾਂ ਮੈਂ। ਦਾਦੀ ਜੀ, ਮੇਰੀ ਤਾਂ ਗੁੱਤੀ ਠੀਕ ਹੈ। ਮੈਂ ਤਾਂ ਕਹਿੰਦਾ ਬਿੱਲੋ ਤੋਂ ਵੀ ਪਟੇ ਕਰਾ ਹੀ ਦਿੰਦੇ ਆ। ਤੂੰ ਕਰਾ ਕੇ ਦੇਖ ਬਿੱਲੋ ਦੇ ਪਟੇ, ਮੈਂ ਤੇਰੇ ਤੇ ਪਟਾਂ ਨਾਲ ਚੜ੍ਹਦੇ ਆਂ। ਬਾਬੂ ਜੀ, ਆ ਲਿਖੋ ਛੇਤੀ। ਕੀ ਲਿਖਣਾ ਜੀ? ਸਮਾਨ ਲਿਖਾਣਾ ਢਾਬੇ ਦਾ। ਬੋਲ ਤੇ ਲੈਣ ਦੇ ਕਾਪੀ, ਚੱਲ ਲਿਖਾ। ਗੋਭੀ 5 ਕਿਲੋ। ਗੋਭੀ 5 ਕਿਲੋ। ਗੋਭੀ 5 ਕਿਲੋ। ਗੋਭੀ ਪਹਿਲਾਂ ਵੀ ਗੋਭੀ ਲਿਖਾਈ ਆ? ਉਹ ਫੁੱਲ ਗੋਭੀ ਸੀ, ਇਹ ਬੰਦ ਗੋਭੀ ਆ। ਅੱਛਾ ਅੱਛਾ, ਅੱਗੇ। ਮਿਰਚਾਂ 1 ਕਿਲੋ। ਮਿਰਚਾਂ 1 ਕਿਲੋ। ਹਾਂ, ਮਿਰਚਾਂ 1 ਕਿਲੋ। ਮਿਰਚਾਂ, ਫਿਰ ਮਿਰਚਾਂ? ਉਹ ਲਾਲ ਸੀ, ਇਹ ਹਰੀਆਂ ਆ। ਠੀਕ ਆ, ਹੋਰ। ਇਲਾਇਚੀ ਅੱਧ ਪਾ। ਇਲਾਇਚੀ ਅੱਧ ਪਾ। ਇਲਾਇਚੀ ਅੱਧ ਪਾ। ਇਲਾਇਚੀ ਅੱਧ ਪਾ, ਸਮਝ ਗਿਆ। ਅੱਧ ਪਾ ਮੋਟੀ ਇਲਾਇਚੀ, ਅੱਧ ਪਾ ਛੋਟੀ ਇਲਾਇਚੀ। ਨਹੀਂ, ਹਾਂ, ਦੋਨੇ ਸੇਮ ਆ, ਅਲੱਗ ਅਲੱਗ ਪੈਕ ਕਰਾਉਣੀਆਂ, ਅੱਧੀਆਂ ਘਰ ਵਾਸਤੇ ਤੇ ਅੱਧੀਆਂ ਢਾਬੇ ਵਾਸਤੇ। ਅੱਛਾ ਜੀ। ਉਹ ਡਮਰੂ, ਆ ਦੇਖੀ ਯਾਰ, ਇਹਦੇ 'ਚ ਪੈਂਚਰ ਨਹੀਂ ਲੱਭਦਾ। ਉਹ ਸਾਲਿਆ, ਟਾਇਰ 'ਚ ਥੋੜ੍ਹੀ ਪੈਂਚਰ ਹੁੰਦੇ, ਟਿਊਬ 'ਚ ਹੁੰਦੇ ਹੀ ਉਹ। ਆਪਣੇ ਆਪ ਨੂੰ ਚੁੱਭੀ ਮਰਵਾ ਵਿੱਚ 3-4 ਪੈਂਚਰ ਪਹਿਲਾਂ ਤੇਰੇ 'ਚੋਂ ਨਿਕਲਣੇ ਆ। ਸਭ ਤੋਂ ਪਹਿਲਾਂ ਬਲਬਲਾ ਤੇਰੇ ਦਿਮਾਗ 'ਚੋਂ ਨਿਕਲਣਾ। ਉਹ ਜੀਜਾ, ਤੂੰ ਆਪਣਾ ਦਿਮਾਗ ਦੀ ਹਵਾ ਚੈੱਕ ਕਰਾ ਮੈਥੋਂ, ਕਿਤੇ ਉਹਦੇ 'ਚ ਪਟਾਕਾ ਹੀ ਨਾ ਪੈ ਜਾਵੇ। ਬਿੱਲੋ, ਆਪਣੇ ਭਰਾ ਨੂੰ ਸਮਝਾ ਲਾ, ਮੈਂ ਇੱਥੋਂ ਪੈਨ ਮਾਰ ਕੇ ਭੀਪਣੀ ਵਜਾ ਦੇਣੀ ਆ, ਫਿਰ ਕਹਿੰਗੀ ਭਰਾ ਲੀਕ ਹੋ ਗਿਆ। ਵੋਟ ਕਿੰਨੂ ਪਾਣੀ ਹੈ? ਹਰਦਾਰ ਨੂੰ ਪਾਣੀ ਹੈ। ਵੋਟ ਕਿੰਨੂ ਪਾਣੀ ਹੈ? ਜੈਦਾਰ ਨੂੰ ਪਾਣੀ ਹੈ। ਜੈਦਾਰਾਂ ਤੇਰੀ ਸੋਚ ਤੇ ਪੈਰਾਂ ਦਰਾਂਗੇ ਠੋਕ ਕੇ। ਜੈਦਾਰਾਂ ਤੇਰੀ ਸੋਚ ਤੇ ਪੈਰਾਂ ਦਰਾਂਗੇ ਠੋਕ ਕੇ। ਓਏ ਬਹੁਤਾ ਜ਼ੋਰ ਨਾ ਲਾ, ਓਏ ਪਿੱਛੇ ਦੁਕਾਨ 'ਚ ਨਾ ਠੁੱਕ ਜੀ ਕਿਤੇ। ਲੈ ਦੱਸ, ਇੰਨੀ ਆਬਾਦੀ ਵੱਧ ਗਈ ਹੈ, ਗਲੀ ਗਲੀ 'ਚ ਲੋਕ ਨਾਰਾ ਦਿੰਦੇ ਫਿਰਦੇ ਨੇ, ਪਰ ਵੋਟ ਕਿਹਨੂੰ ਪਾਈਏ? ਮੈਨੂੰ ਲੱਗਦਾ ਵੀ ਘਰ ਘਰ 'ਚ ਹੁਣ ਤਾਂ ਵੱਖਰੀਆਂ ਪਾਰਟੀਆਂ ਬਣ ਜਾਣਗੀਆਂ। ਓ ਦਾਦੀ ਜੀ, ਸਹੀ ਕਿਹਾ ਤੁਸੀਂ, ਇੰਨੀਆਂ ਪਾਰਟੀਆਂ ਬਣੀ ਜਾ ਰਹੀਆਂ ਨਾ ਨਵੀਆਂ, ਮੈਨੂੰ ਤਾਂ ਐਂ ਲੱਗਦਾ ਆਉਣ ਵਾਲੀਆਂ ਵੋਟਾਂ 'ਚ ਪਤਾ ਕੀ ਹੋਣਾ ਵਾ? ਹਾਂ, ਕੈਂਡੀਡੇਟ ਵੱਧ ਹੋਣੇ, ਵੋਟਰ ਘੱਟ ਹੋਣੇ ਆ। ਪਰ ਇੱਕ ਸਮੱਸਿਆ ਆ ਜਾਣੀ ਹੈ, ਸਾਰੀਆਂ ਪਾਰਟੀਆਂ ਨੂੰ ਮਿਲ ਕੇ ਆਪਣਾ CM ਲੱਭਣਾ ਪੈਣਾ। ਲੈ, ਜੇ ਲੋਕਾਂ 'ਚ ਦੇਸ਼ ਪ੍ਰੇਮ ਲਈ ਇੰਨਾ ਜਜ਼ਬਾ ਹੈ ਤਾਂ ਸਾਰੇ ਇੱਕ ਪਾਰਟੀ ਕਿਉਂ ਨਹੀਂ ਬਣਾ ਲੈਂਦੇ? ਹਾਂ, ਸਹੀ ਗੱਲ ਕੀਤੀ ਦਾਦੀ ਜੀ। ਵੈਸੇ ਮੈਂ ਕੁਛ ਬੋਲਾਂ? ਭੌਂਕ ਪੁੱਤ, ਅਸੀਂ ਪੂਰੀ ਇੱਜ਼ਤ ਦਿੰਦੇ ਹਾਂ ਜਵਾਈ ਨੂੰ ਭੌਂਕਣ ਵਾਸਤੇ, ਪਹਿਲਾਂ ਤੂੰ ਭੌਂਕ ਲੈ, ਫਿਰ ਅਸੀਂ ਗੱਲ ਕਰ ਲਾਂਗੇ। ਵੈਸੇ ਦਾਦੀ, ਮੈਂ ਸੋਚਦਾ ਹੈ ਇਸ ਵਾਰ ਇਲੈਕਸ਼ਨਾਂ 'ਚ ਮੈਂ ਖੜਾ ਹੋ ਜਾਂਦਾ। ਓਏ, ਪਹਿਲਾਂ ਤੂੰ ਇੱਥੇ ਸੋਚ ਲਾ, ਤੂੰ ਖੜਾ ਕੇ ਬੈਠਾ ਹੈ? ਜਿੰਨੀਆਂ ਕੁ ਦੇਸ਼ 'ਚ ਨਵੀਂ ਪਾਰਟੀਆਂ ਬਣ ਰਹੀਆਂ ਨੇ ਨਾ, ਜੇ ਮੁਹੱਲੇ ਵਾਲੇ ਵੀ ਮੈਨੂੰ ਵੋਟ ਪਾ ਦੇਣ ਤੇ ਸਮਝ ਲਓ ਮੈਂ CM ਲੱਗਿਆ ਹੀ ਲੱਗਿਆ। ਇਹਨੇ CM ਲੱਗਣਾ? ਓਏ, 4 ਸਾਲ ਹੋ ਗਏ ਸੁਲਭ ਸ਼ੌਚਾਲਿਆ ਦੇ ਫਾਰਮ ਭਰੇ ਆ, ਤੇਰੇ ਕੋਲ ਉੱਥੇ ਨਹੀਂ ਲੱਗਿਆ ਗਿਆ, CM ਸਵਾਹ ਲੱਗਣਾ। ਮੈਨੂੰ ਤਾਂ ਵੀਰ ਜੀ ਦੀ ਗੱਲ ਜਮਾਂ ਸਹੀ ਲੱਗੀ, ਆਪਾਂ ਐਂ ਕਰਦੇ ਹਾਂ, ਆਪਾਂ ਇਹਨਾਂ ਨੂੰ ਹੀ ਖੜੇ ਕਰਦੇ ਹਾਂ ਵੋਟਾਂ 'ਚ। ਹਜੇ ਤੱਕ ਮਾਰਕੀਟ ਵਿੱਚ ਭੈੜੀ ਬੂਥੀ, ਟੁੱਟਾ ਛਿੱਤਰ, ਚਿੱਚੜ ਮੂੰਹਾਂ, ਇਹੋ ਜਿਹੇ ਨਾਂ ਦੀਆਂ ਪਾਰਟੀਆਂ ਨਹੀਂ ਲਾਉਣ 'ਚ ਹੋਈਆਂ।
ਜਿੱਦਣ ਬਣ ਗਈ ਨਾ ਕੋਈ ਏਦਾਂ ਦੀ ਪਾਰਟੀ, ਤੇਰਾ ਭਰਾ ਹੀ ਮੁੱਖ ਚਿਹਰਾ ਹੋਣਾ ਉਹਨਾਂ ਦਾ। ਗੱਲ ਸੁਣ ਵੇ, ਇਸ ਹਿਸਾਬ ਨਾਲ ਤਾਂ ਤੂੰ ਵੀ ਸੀਐਮ ਨਹੀਂ ਬਣ ਸਕਦਾ, ਕਿਉਂਕਿ ਚੋਣ ਨਿਸ਼ਾਨ ਲੰਗੂਰ ਨਾਮ ਦੇ ਨਹੀਂ ਹਾਲੇ ਤੱਕ ਬਣਿਆ। ਜਿਸ ਦਿਨ ਬਣ ਗਿਆ ਨਾ, ਤੇਰਾ ਚਿਹਰਾ ਮੂਹਰੇ ਹੋਊ, ਤੂੰ ਫਿਕਰ ਨਾ ਕਰ। ਪੁੱਛ ਗੱਲਾਂ ਕਰਨ ਦਿਓ, ਇੱਧਰ ਦੇਖੋ ਗੱਭਰੂ ਜਵਾਨ ਖੜਾ ਹੈ, ਉਹ ਦੇਸ਼ ਦਾ ਭਵਿੱਖ ਦੇਖੋ। ਲੈ ਦੱਸ, ਮੈਂ ਹੈਗਾ ਪਾਵਾ ਪੰਜਾਬੀ ਆ, ਪਰ ਜਦੋਂ ਆਪਣੇ ਬਈਏ ਭਰਾਵਾਂ ਵਾਸਤੇ ਮੈਂ ਨੱਚਿਆ। ਅੰਦਰ ਜਾ ਕੇ ਨਾ ਗਰਮ ਸਰੀਆ ਲੈ ਕੇ ਆਓ, ਮੈਂ ਨਾ ਇਹਦੀ ਜੀਭ ਤੇ ਧਰਾਂ। ਓਏ ਇੱਥੇ ਖੜਾ, ਮੈਨੂੰ ਇਹ ਦੱਸੋ ਮੀਟਿੰਗ ਚੱਲ ਕਾਹਦੀ ਰਹੀ ਆ, ਸਟ੍ਰੈਟਜੀ ਕੀ ਆ? ਸਟ੍ਰੈਟਜੀ ਨੂੰ ਇੱਥੇ ਮਾਮਾ ਮੁਗਲਾਂ ਨੇ ਹਮਲਾ ਕੀਤਾ ਕੋਈ? ਅਸਲ 'ਚ ਅਸੀਂ ਵਾਦ ਵਿਵਾਦ ਕਰ ਰਹੇ ਹਾਂ, ਸਾਡੇ ਦੇਸ਼ 'ਚ ਜਿਹੜੀ ਆਦਤ ਆ ਲੋਕਾਂ ਦੀ, ਚੁਣਾਵ ਹੋਣੇ ਨਾ ਉਹਦੇ ਉੱਤੇ ਗੱਲਬਾਤ ਕਰ ਰਹੇ ਹਾਂ। ਮੇਰੇ ਡੈਡੀ ਨੂੰ ਤਾਂ ਇੰਨੀ ਆਦਤ ਸੀ ਡਿਸਕਸ਼ਨ ਕਰਨ ਦੀ ਚੋਣਾਂ ਦੀ, ਇੱਕ ਵਾਰੀ ਵੋਟਾਂ 'ਤੇ ਡਿਸਕਸ਼ਨ ਕਰਦੇ ਰਹੇ, ਵੋਟ ਪਾਉਣੀ ਨਹੀਂ ਗਏ, ਪਰ ਵੋਟ ਖਾਲੀ ਨਹੀਂ ਜਾਣ ਦਿੱਤੀ, 500 ਰੁਪਏ 'ਚ ਵੇਚਦੀ ਕਿਸੇ ਹੋਰ ਤੋਂ ਪਵਾਤੀ। ਵੋਟ ਵਿਕਦੀ ਵੀ ਆ, ਤਾਂ ਹੀ ਤਾਂ ਸਾਡਾ ਮੁਲਕ ਤਰੱਕੀ ਨਹੀਂ ਕਰਦਾ, ਕਿਉਂਕਿ ਦਾਲ ਵਿਕ ਜਾਂਦੀ। ਓ ਦਾਦੀ ਜੀ, ਅਸੀਂ ਵੋਟ ਦੀ ਗੱਲ ਕਰਦੇ, ਮੈਂ ਤੁਸੀਂ ਵਿੱਚ ਦਾਲ ਲੈਣ ਦੀ। ਮੈਨੂੰ ਪਤਾ ਵੇ, ਸਭ ਪਤਾ ਹੈ, ਪਰ ਵੋਟ ਕਹਿ ਕੇ ਮੈਂ ਸਰਕਾਰਾਂ ਕੋਲੋਂ ਡੰਡੇ ਨਹੀਂ ਖਾਣੇ। ਸਿਰਫ ਗੱਲਾਂ ਵਿੱਚ, ਸੱਚ ਵਿੱਚ ਭਗਤ ਸਿੰਘ ਕੋਈ ਨਹੀਂ ਬਣਦਾ। ਬਸ ਗੱਲਾਂ ਬਾਤਾਂ ਕੀਤੀਆਂ, ਚਲੋ ਜੀ ਆਪ ਆਪਣੇ ਕੰਮ ਕਰੋ ਫਿਰ। ਵੈਸੇ ਜੀ ਮੈਂ ਦੱਸਾਂ, ਪੋਲਿਟਿਕਸ ਨਾ ਅੱਛੀ ਚੀਜ਼ ਨਹੀਂ ਹੈਗੀ, ਤੇ ਆਮ ਬੰਦੇ ਨੂੰ ਤਾਂ ਨਾ ਇਸ ਦੇ ਵਿੱਚ ਬਿਲਕੁਲ ਇਨਵੋਲਵ ਨਹੀਂ ਹੋਣਾ ਚਾਹੀਦਾ। ਦੀਦੀ ਮੈਨੂੰ ਵੀ ਲੱਗਦਾ ਵੀ ਮੈਨੂੰ ਪੋਲਿਟਿਕਸ 'ਚ ਆਉਣਾ ਹੀ ਪੈਣਾ, ਕਿਉਂਕਿ ਮੁਹੱਲੇ ਵਾਲੇ ਸਾਰੇ ਮੈਨੂੰ ਕਹਿੰਦੇ ਵੀ ਇਹ ਆਮ ਬੰਦਾ ਨਹੀਂ ਹੈ। ਆਹੋ ਇਹ ਤੇ 5 ਰੁਪਏ ਵਾਲੇ ਚਿਪਸ ਦੇ ਪੈਕਟ 'ਚੋਂ ਨਿਕਲਿਆ। ਓਏ ਹੌਲੀ, ਐਵੇਂ ਨਾ ਦੋਰਾ ਦੂਰਾ ਪਵਾ ਕੇ ਬੈਜੀ, ਪਿਛਲੀ ਵਾਰੀ ਇੱਕ ਚੀਕ ਮਾਰੀ ਸੀ, 4 ਘੰਟੇ ਮੇਰੇ ਕੋਲ ਛਾਤੀ ਮਿਲਾਉਂਦਾ ਰਿਹਾ ਸੀ। ਓ ਨੌਕਰ ਹੈ ਮਾਲਕ ਨਾ ਤੇਰੀ ਥੱਲੇ ਬਹਿ, ਥੱਲੇ ਬਹਿ। ਕਿੱਡਾ ਫਰੈਂਕ ਹੋਣ ਡਿਆ, ਮੈਂ ਤੂੰ ਨਹੀਂ ਮਨਾ ਕਰ ਸਕਦੀ। ਵੈਸੇ ਤੁਹਾਡੀਆਂ ਸਾਰਿਆਂ ਦੀਆਂ ਗੱਲਾਂ ਸੁਣ ਕੇ ਮੇਰੇ ਦਿਮਾਗ 'ਚ ਇੱਕ ਸਕੀਮ ਆਈ ਕਿ ਆਪਾਂ ਸਾਰਿਆਂ ਨੂੰ ਮਿਲ ਕੇ ਇੱਕ ਨਵੀਂ ਪਾਰਟੀ ਬਣਾਉਣੀ ਚਾਹੀਦੀ। ਮੈਂ ਤਾਂ ਪਾਰਟੀ ਬਣਾ ਲਈ, ਹੁਣ ਤੁਸੀਂ ਆਪਣੀਆਂ ਪਾਰਟੀਆਂ ਬਣਾ ਲਓ। ਬਸ ਠੀਕ ਹੈ, ਅਸੀਂ ਮਿਲ ਕੇ ਇੱਕ ਪਾਰਟੀ ਬਣਾਵਾਂਗੇ, ਹਾਂ, ਤੇ ਇੱਕ ਮੁੱਦਾ ਲਵਾਂਗੇ ਤੇ ਉਹਨੂੰ ਸੁਲਝਾਵਾਂਗੇ, ਜੇ ਸੁਲਝ ਗਿਆ ਤੇ ਆਪਾਂ ਪਾਰਟੀ ਬਣਾ ਲਾਂਗੇ। ਕਿਉਂ? ਫਿਰ ਸਿਚੁਏਸ਼ਨ ਮੈਂ ਦਵਾਂਗਾ, ਮੰਨ ਲਓ ਮੈਂ ਰਾਜਾ ਆ। ਯਾਰ ਆਪਣੇ ਦਿਲ ਤੇ ਹੱਥ ਲਾ ਕੇ ਸਹੁੰ ਖਾ ਕੇ ਦੱਸ, ਇਹ ਮੰਨਣ ਵਾਲੀ ਗੱਲ? ਸਾਲਿਆ ਰਾਜੇ ਤੇਰੇ ਵਰਗੇ ਨਹੀਂ, ਤੇਰੇ ਵਰਗੀਆਂ ਰਾਜੇ ਦੇ ਦਰਬਾਰ 'ਚ ਪੱਖੀਆਂ ਹੁੰਦੀਆਂ। ਓ ਸ਼ਟ ਅਪ ਜੀਜਾ ਜੀ, ਅੱਗੇ ਤਾਂ ਸੁਣੋ, ਤੇ ਦੀਦੀ ਤੂੰ ਬਣੇਗੀ ਰਾਣੀ, ਰਾਣੀ ਮਾਂ, ਤੇ ਦਾਦੀ ਤੂੰ ਬਣੇਗੀ ਦਾਸੀ। ਬੇ ਲਾਟੂ ਜਿਹਾ, ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਦਾਸੀ ਬਣਾਉਣ ਦੀ? ਵੇ ਬੇ, ਜਦੋਂ ਮੈਂ ਜਵਾਨ ਹੁੰਦੀ ਸੀ, 4-4 ਨੌਕਰ ਮੈਨੂੰ ਸ਼ਤਾਬਦੀ 'ਚ ਬਿਠਾ ਕੇ ਸਿਨੇਮਾ ਦਿਖਾ ਕੇ ਲਿਆਉਂਦੇ ਸੀ। ਦਾਦੀ ਜੀ ਇਹ ਗਲਤੀ ਮਾਫ਼ ਕਰਨਾ, ਪਰ ਉਸ ਵੇਲੇ ਸ਼ਤਾਬਦੀ ਕਿੱਥੇ ਹੁੰਦੀ ਸੀ? ਬੇ ਸਾਡੀ ਘੋੜੀ ਦਾ ਨਾਂ ਸੀ ਸ਼ਤਾਬਦੀ। ਓਹੋ, ਅੱਛਾ ਅੱਛਾ, ਮੈਂ ਸਕ੍ਰਿਪਟ ਚੇਂਜ ਕਰਦਾ, ਮੰਨ ਲਓ ਮੈਂ ਆ ਰਾਜਿਆਂ ਦਾ ਰਾਜਾ। ਉਹ ਸਾਲਿਆ ਸਕ੍ਰਿਪਟ ਚੇਂਜ ਕੀਤੀ ਆ ਕਿ ਹੋਰ ਖਰਾਬ ਕਰਤੀ ਆ? ਓਹੋ ਜੀਜਾ ਸੁਣ ਤਾਂ ਲੈ, ਤੇ ਜੀਜਾ ਜੀ ਤੁਸੀਂ ਬਣੋਗੇ ਵਜ਼ੀਰ, ਜਿਹੜੇ ਦੁਸ਼ਮਣਾਂ ਦੇ ਹਮਲੇ ਦੀ ਖਬਰ ਲੈ ਕੇ ਆਉਂਗੇ, ਤੇ ਦਾਦੀ ਤੁਸੀਂ ਬਣੋਗੀ ਮਹਾਰਾਣੀ, ਤੇ ਡਮਰੂ ਤੂੰ ਬਣੇਗਾ ਨੌਕਰ ਦਾ ਨੌਕਰ, ਮਤਲਬ ਦਾਸ। ਹੁਣ ਬਣੀ ਹੈ ਗੱਲ, ਹੁਣ ਪਤਾ ਲੱਗੂਗਾ ਕਿ ਅਸੀਂ ਕਿਸੇ ਮਸਲੇ ਦਾ ਹੱਲ ਕਰ ਸਕਦੇ ਹਾਂ ਕਿ ਨਹੀਂ। ਠੀਕ ਆ ਫਿਰ, ਆਰ ਯੂ ਰੈਡੀ? ਆਹੋ। ਠੀਕ ਆ ਫਿਰ,
ਦੇਸ਼ ਨੂੰ ਅੱਗੇ ਲੈ ਕੇ ਜਾਵਾਂਗੇ, ਪਾਰਟੀ ਨਵੀਂ ਬਣਾਵਾਂਗੇ। ਖਬਰਦਾਰ, ਹੋਸ਼ਿਆਰ, ਕਰਜ਼ਦਾਰ, ਕੇਲਿਆਂ ਦੀ ਚਟਨੀ ਤੇ ਅੰਬ ਦਾ ਚਾਰ, ਬੱਤਕ ਮੂਹੇ ਚੰਮ ਚੜਿੱਕੇ, ਚੌਲਾਂ ਦੇ ਦਾਣੇ ਤੋਂ ਵੀ ਨਿੱਕੇ, ਚਵਲ ਮਹਾਰਾਜ ਪਧਾਰ ਰਹੇ ਹੈ। ਸੈਨਿਕ ਸਾਰੇ ਬੋਲੋ ਮਹਾਰਾਜ ਕੀ ਆਥੂ। ਓ ਸੈਨਿਕ, ਤੇਰੀ ਹਿੰਮਤ ਕਿਵੇਂ ਹੋਈ ਬਾਹੂਬਲੀ ਤੇ ਥੁੱਕਣ ਦੀ? ਨਹੀਂ ਮਹਾਰਾਜ, ਇੱਕ ਤੇ ਮੇਰੇ ਤੇ ਸਟ੍ਰੈਸ ਬਹੁਤ ਸੀ, ਦੂਜਾ ਮੇਰੀ ਨਾ ਜੀਭ 'ਚ ਵਾਲ ਫਸ ਗਿਆ ਸੀ, ਤੀਜੇ ਤੁਸੀਂ ਸਿਹਾਸਨ ਦੇ ਬੈਠੇ ਇੱਦਾਂ ਲੱਗਦੇ ਪਏ ਹੋ ਜਿਵੇਂ ਕੋਈ ਕਾਂ ਪਿੱਠ ਕਰ ਗਿਆ ਹੋਵੇ, ਨਾਲੇ ਬਾਕੀ ਗੱਲਾਂ ਤਾਂ ਠੀਕ ਆ। ਤੁਸੀਂ ਮਹਾਰਾਣੀ ਮਾਨ ਮੈਨੂੰ ਲੱਗਦਾ ਤਰਪਾਲ ਪਾ ਕੇ ਬਿਠਾਇਆ ਇੱਥੇ। ਖਬਰਦਾਰ, ਜੇ ਗਲਤ ਬੋਲਿਆ, ਇਹ ਮੇਰੀ ਸ਼ਾਹੀ ਚਾਦਰ ਹੈ। ਹਾਂ, ਇਹ ਸ਼ਾਹੀ ਚਾਦਰ ਹੈ। ਮਹਾਰਾਜ, ਤੁਸੀਂ ਆਪਣੀ ਬਕਵਾਸ ਬੰਦ ਕਰੋ, ਜਵਾਈ ਨੂੰ ਸ਼ੁਰੂ ਕਰਨ ਦਿਓ। ਮਹਾਰਾਣੀ ਸਾਹਿਬਾ, ਜਵਾਈ ਤੇ ਤੁਸੀਂ ਰਾਣੀ ਸਾਹਿਬਾ ਦਾ ਵਿਆਹ ਇਸ ਸੈਨਿਕ ਨਾਲ ਕਰਤਿਆ? ਸੋਰੀ ਮਹਾਰਾਜ, ਗਲਤੀ ਹੋ ਗਈ, ਤੁਸੀਂ ਆਪਣੀ ਕਾਰਵਾਈ ਸ਼ੁਰੂ ਕਰੋ। ਸੈਨਿਕ, ਹਾਂਜੀ, ਤੁਸੀਂ ਇਤਨਾ ਹਾਫੇ ਹੋਏ ਕਿਉਂ ਹੋ? ਜੀ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਵਾਂ। ਰਾਣੀ ਸਾਹਿਬਾ, ਸਿਟ ਡਾਊਨ। ਓਏ ਭੈੜੀ ਬੁੱਥਿਓ, ਸਟੈਂਡ ਅਪ। ਦੱਸ, ਜਾਓ ਸੈਨਿਕ ਵਾਸਤੇ ਪਾਣੀ ਲੈ ਕੇ ਆਓ। ਔਰ ਟੂਟੀ ਦੇ ਮੂੰਹ ਵਾਲੇ ਮਹਾਰਾਜ, ਤੁਹਾਨੂੰ ਨਹੀਂ ਪਤਾ 2 ਤੋਂ 5 ਟੂਟੀ 'ਚ ਪਾਣੀ ਨਹੀਂ ਆਉਂਦਾ? ਗੱਲ ਸੁਣ, ਦੱਸ, ਅੰਦਰ ਘੜਾ ਹੈ, ਹਾਂ, ਘੜੇ 'ਚੋਂ ਪਾਣੀ ਲੈ ਕੇ ਆ। ਮਹਾਰਾਜ, ਘੜੇ ਦਾ ਪਾਣੀ ਤੁਸੀਂ ਕੀ ਕਰਨਾ? ਉਹਨਾਂ ਲਈ ਤਾਂ ਘੜਾ ਸਵਿਮਿੰਗ ਪੂਲ ਹੀ ਹੋਇਆ ਨਾ, ਮੈਂ ਘੜੇ 'ਚੋਂ ਪਾਣੀ ਪੀ ਲਾਂਗਾ, ਮਹਾਰਾਜ ਚੁੱਭੀਆਂ ਮਾਰ ਕੇ ਨਹਾ ਨੂੰ ਲੈਣਗੇ। ਬਕਵਾਸ ਬੰਦ ਕਰੋ ਤੇ ਸੈਨਿਕ ਇਹ ਦੱਸੋ ਕੀ ਸਮਾਚਾਰ ਹੈ? ਮਹਾਰਾਜ, ਸਮਾਚਾਰ ਇਹ ਹੈ, ਦੁਸ਼ਮਣ ਸੈਨਾ ਨੇ ਬਾਹਰ ਕਿਲੇ ਤੇ ਹਮਲਾ ਕਰ ਦਿੱਤਾ। ਦੁਸ਼ਮਣ ਸੈਨਾ ਨੂੰ ਸ਼ਾਇਦ ਪਤਾ ਹੀ ਨਹੀਂ ਉਹਨੇ ਕਿਸ ਰਾਜ ਨਾਲ ਪੰਗਾ ਲਿੱਤਾ। ਰਾਣੀ ਸਾਹਿਬਾ, ਮੈਨੂੰ ਗੋਦੀ ਚੁੱਕੋ ਤੇ ਅੰਦਰ ਭੱਜ ਕੇ ਚਲੋ। ਓ ਇੱਕ ਮਿੰਟ ਮਹਾਰਾਜ, ਏਦਾਂ ਪਿੱਠ ਦਿਖਾ ਕੇ ਭੱਜਣਾ ਨਹੀਂ ਚਾਹੀਦਾ, ਸਾਨੂੰ ਕੋਈ ਸਟ੍ਰੈਟਜੀ ਬਣਾਉਣੀ ਚਾਹੀਦੀ ਹੈ। ਓਏ, ਕਿਲੇ ਤੇ ਹਮਲਾ ਨਹੀਂ, ਸਾਡੇ ਦੇਸ਼ ਤੇ ਹਮਲਾ। ਬਕਵਾਸ ਬੰਦ ਕਰੋ ਤੇ ਮੈਨੂੰ ਇਹ ਦੱਸੋ ਸੈਨਿਕ, ਵੀ ਦੁਸ਼ਮਣ ਸੈਨਾ ਚਾਹੁੰਦੀ ਕੀ ਹੈ? ਮਹਾਰਾਜ, ਦੁਸ਼ਮਣ ਸੈਨਾ ਇਹ ਚਾਹੁੰਦੀ ਹੈ ਕਿ ਤੁਸੀਂ ਆਪਣਾ ਰਾਜ ਪਾਠ ਉਹਨਾਂ ਦੇ ਹਵਾਲੇ ਕਰ ਦਿਓ। ਨਹੀਂ, ਮੈਂ ਆਪਣੀ ਗਰਦਨ ਕਟਾ ਸਕਦਾ, ਪਰ ਦੁਸ਼ਮਣ ਸੈਨਾ ਨੂੰ ਇਹ ਰਾਜ ਪਾਠ ਨਹੀਂ ਦੇਊਂਗਾ। ਉਹ ਕਹਿੰਦੇ ਜੇ ਰਾਜ ਪਾਠ ਨਹੀਂ ਨਾ ਦੇਣਾ ਤੇ ਰਾਜੇ ਨੂੰ ਕੋ ਆਪਣੀ ਗਰਦਨ ਕੱਟ ਕੇ ਦੇ ਦੇਵੇ, ਅਸੀਂ ਵਾਪਸ ਚਲੇ ਜਾਵਾਂਗੇ। ਰਾਣੀ ਸਾਹਿਬਾ, ਤੁਸੀਂ ਮੈਨੂੰ ਗੋਦੀ ਚੁੱਕੋ ਤੇ ਅੰਦਰ ਚਲੋ, ਆਪਾਂ ਉਹਨਾਂ ਨੂੰ ਰਾਜ ਪਾਠ ਹੀ ਦੇ ਦਿੰਦੇ ਆ। ਨਹੀਂ ਨਹੀਂ, ਯੋਧਿਆਂ ਨੂੰ ਯੁੱਧ 'ਚ ਲੜਨਾ ਚਾਹੀਦਾ, ਲੜ ਲੜ ਕੇ ਮਰ ਜਾਣਾ ਚਾਹੀਦਾ, ਪਰ ਹਾਰ ਨਹੀਂ ਮੰਨਣੀ ਚਾਹੀਦੀ। ਕਿਆ ਬਾਤ ਹੈ ਮਹਾਰਾਣੀ ਸਾਹਿਬਾ, ਕਿਆ ਬਾਤ ਹੈ! ਇਹ ਗੱਲ ਕੀਤੀ ਰਸੂਖਦਾਰਾਂ ਵਾਲੀ, ਬਿਮਾਰੀਆਂ ਨਾਲ ਲੜ ਲੜ ਕੇ ਮਰ ਜਿਓ, ਰਸੋਈ 'ਚ ਰੱਛ ਨਾ ਪਾਇਓ। ਸੈਨਿਕ, ਦਾਸ ਦੇ ਢਿੱਡ ਦੇ ਬੰਬ ਬਣ ਕੇ ਦੁਸ਼ਮਣਾਂ ਨੂੰ ਸੜਦੇ। ਬੰਬ ਬਣਨ ਦੀ ਕੀ ਲੋੜ ਹੈ ਜੀ, ਇਹਦਾ ਤੇ ਆਪਣਾ ਢਿੱਡ ਬੰਬ ਵਰਗਾ, ਇਦਾਂ ਹੀ ਸੁੱਟ ਦਿੰਦੇ ਆ। ਮਾਂ, ਮੈਨੂੰ ਮਾਫ ਕਰ ਦਿਓ ਰਾਣੀ, ਮਾਂ ਮੈਨੂੰ ਮਾਫ ਕਰ ਦਿਓ। ਜਾ, ਮਾਫ ਕੀਆ ਤੁਜੇ। ਹੈਲੋ, ਇੱਕ ਮਿੰਟ, ਤੇਰੇ ਕੋ ਕਿਸੇ ਨੇ ਮਾਫੀ ਮੰਗੀ? ਡੱਡੂ ਆ ਜਿਹਾ ਕੀ? ਮੈਂ ਅੱਗੇ ਤੋਂ ਤੁਹਾਨੂੰ ਕਦੀ ਇਦਾਂ ਨਹੀਂ ਕਹੂੰਗਾ, ਡੱਡੂ ਆ ਜਿਹਾ। ਸ਼ਾਬਾਸ਼। ਹਾਏ ਹਾਏ, ਮੈਨੂੰ ਤਾਂ ਘੋੜੇ ਦੀਆਂ ਆਵਾਜ਼ਾਂ ਆ ਰਹੀਆਂ, ਮੈਨੂੰ ਲੱਗਦਾ ਦੁਸ਼ਮਣ ਸੈਨਾ ਆਪਣੇ ਨੇੜੇ ਪਹੁੰਚ ਗਈ। ਸੈਨਿਕ, ਬਤਾਓ ਅਬ ਹਮੇ ਕਿਆ ਕਰਨਾ ਚਾਹੀਏ? ਮਹਾਰਾਜ, ਸਭ ਤੋਂ ਪਹਿਲਾਂ ਤੁਹਾਨੂੰ ਸ਼ਰਮ ਕਰਨੀ ਚਾਹੀਦੀ ਹੈ, ਪਰ ਮੈਂ ਹਿਸਾਬ ਲਾਇਆ ਇਹੀ ਟਾਈਮ ਹੈ, ਇਹੀ ਟਾਈਮ ਹੈ ਮਹਾਰਾਜ ਰਾਜਨੀਤੀ ਕਰਨ ਦਾ, ਰਾਜਨੀਤੀ ਕਰੋ। ਸੈਨਿਕ, ਫਿਰ ਦੱਸੋ ਸਾਨੂੰ ਕੀ ਰਾਜਨੀਤੀ ਕਰਨੀ ਚਾਹੀਦੀ ਹੈ? ਮਹਾਰਾਜ, ਤੁਸੀਂ ਨਿੱਕੀ ਮਹਾਰਾਣੀ ਨੂੰ ਕਹੋ ਕਿ ਤੁਹਾਨੂੰ ਗੋਦੀ 'ਚ ਚੁੱਕੇ, ਗੋਦੀ 'ਚ ਚੱਕ ਕੇ ਦੁਸ਼ਮਣ ਸੈਨਾ ਦੇ ਸਾਹਮਣੇ ਚਲੀ ਜਾਏ ਤੇ ਉੱਥੇ ਬੈਠ ਕੇ ਉਹਨਾਂ ਦੇ ਸਾਹਮਣੇ ਫਰਿਆਦ ਕਰੇ ਕਿ ਮੇਰੇ ਤੇ ਹਮਲਾ ਨਾ ਕਰਿਓ, ਮੈਂ ਬੱਚਿਆਂ ਵਾਲੀ ਹਾਂ। ਮੈਂ ਕੋਈ ਫਰਿਆਦ ਫਰੂਦ ਨਹੀਂ ਕਰਨੀ। ਬਿੱਲੋ ਰਾਣੀ ਜੀ, ਕਿੰਨਾ ਝੂਠ ਬੋਲਦੇ ਤੁਸੀਂ, ਹਜੇ ਕੱਲ੍ਹ ਤੁਸੀਂ ਸ਼ਾਮ ਨੂੰ ਮੈਨੂੰ 20 ਰੁਪਏ ਦੀ ਫਰਿਆਦ ਕੀਤੀ ਸੀ ਵੀ ਮੈਨੂੰ ਗੋਪਾਲ ਦੇ ਗੋਲ ਗੱਪੇ ਖਵਾ ਕੇ ਲਿਆ। ਰਾਣੀ ਸਾਹਿਬਾ,
ਇੱਕ ਸੈਨਿਕ ਕੋ ਨਾ ਫਰਿਆਦ। ਤੁਸੀਂ ਛੱਡੋ ਫਰਿਆਦ ਨੂੰ, ਦੁਸ਼ਮਣ ਦੀ ਸੈਨਾ ਪਹੁੰਚਣ ਵਾਲੀ ਹੈ ਤੇ ਦੇਸ਼ ਨੂੰ ਬਚਾਉਣ ਵਾਸਤੇ ਮਹਾਰਾਜ ਤੁਹਾਡੀ ਗਰਦਨ ਕੱਟਣੀ ਪੈਣੀ ਹੈ। ਮਹਾਰਾਣੀ ਹੁਣ ਮੈਂ ਕੀ ਕਰਾਂ? ਮਹਾਰਾਜ ਹੁਣ ਤਾਂ ਤੁਹਾਨੂੰ ਆਪਣੀ ਧੌਣ ਕਟਾਉਣੀ ਪਊਗੀ। ਰਾਜਨੀਤੀ ਇਹੀ ਕਹਿੰਦੀ ਹੈ। ਦੁਸ਼ਮਣ ਦੀ ਸੈਨਾ ਆ ਰਹੀ ਹੈ, ਧੌਣ ਕੱਟੋ ਛੇਤੀ। ਹੋਰ ਇਹਦੀ ਧੌਣ ਕਿੰਨਾ ਮਾਣ ਸੀਗਾ ਮੈਨੂੰ ਆਪਣੇ ਘਰ ਵਾਲਿਆਂ ਤੇ, ਮੇਰੀ ਦੀਦੀ ਤੇ, ਆ ਦਾਦੀ ਮਾਂ ਤੇ, ਤੇ ਇਹ ਨੌਕਰ ਤੇ ਉਹ ਗੰਦੇ ਮੂੰਹ ਵਾਲੇ ਜੀਜੇ ਤੇ। ਓਏ ਤੁਸੀਂ ਇਹੋ ਜਿਹੀ ਗੰਦੀ ਪੋਲਿਟਿਕਸ ਬਣਾਉਂਦੇ ਹੋ? ਓਏ ਹਿੰਦੁਸਤਾਨ 'ਚ ਤਾਂ ਇਲੈਕਸ਼ਨ ਉਹੀ ਬੰਦਾ ਜਿੱਤੂ ਜਿਹੜਾ ਆਪਣਾ ਘਰ ਬਚਾਓ, ਤੇ ਤੁਸੀਂ ਆਪਣਾ ਰਾਜਾ ਹੀ ਮਰਵਾਤਾ। ਚੁੱਪ ਕਰ ਸਾਲਿਆ, ਅਸੀਂ ਕਿਹੜਾ ਸੱਚੀ ਮੁੱਚੀ ਤੇਰੀ ਗਰਦਨ ਕੱਟ ਕੇ ਦੇਤੀ? ਉਹ ਤਾਂ ਅਸੀਂ ਤਾਂ ਸੋਚਿਆ ਵੀ ਆਪ ਹੀ ਗਰਦਨ ਦੇ ਦਿੰਦੇ ਹਾਂ ਮਹਾਰਾਜ ਦੀ, ਨਹੀਂ ਤਾਂ ਦੁਸ਼ਮਣ ਸੈਨਾ ਦਾ ਤਾਂ ਇਹੋ ਜਿਹੇ ਰਾਜੇ ਦਾ ਮੂੰਹ ਵੇਖ ਕੇ ਸਾਨੂੰ ਨਿਕਲ ਆਉਣਾ ਵੀ ਆਹ ਤੁਹਾਡਾ ਰਾਜਾ। ਆਹ ਦੇਖ ਜੀ ਜੀ ਕੀ ਕਹਿ ਰਿਹਾ। ਓਏ ਕਹਿ ਲੇ, ਹੈਂ ਬੋਲਿਆ ਤੂੰ ਤੇ ਸੁਣ ਵੀ ਲਿਆ ਸਾਰਿਆਂ ਨੇ। ਹੁਣ ਮੇਰਾ ਪਲੈਨ ਸੁਣੋ, ਜੇ ਉੱਥੇ ਚੱਲੋਗੇ ਨਾ ਤੇ ਵੇਖਿਓ ਫਿਰ ਮੈਂ ਪੋਲਿਟਿਕਸ ਵਿੱਚ ਨਵੀਂ ਪਾਰਟੀ ਬਣਾ ਕੇ ਵੋਟਾਂ 'ਚ ਖਲੋ ਕੇ ਨਾ ਜਿੱਤਿਆ ਤਾਂ ਮੇਰਾ ਨਾਂ ਵਟਾ ਦਿਓ। ਉਹ ਕਿੱਦਾਂ? ਸਭ ਤੋਂ ਪਹਿਲਾਂ ਮੈਨੂੰ ਬਣਾਓ ਇੱਕ ਬਾਬਾ ਤੇ ਜੀ ਮੈਂ, ਤੂੰ ਮੇਰੀ ਮੁੱਖ ਸੇਵਿਕਾ ਤੇ ਤੁਸੀਂ ਤੁਸੀਂ ਸਾਰੇ ਬਣੋਗੇ ਮੇਰੇ ਸ਼ਰਧਾਲੂ। ਮੇਰੇ ਕੋਲੋਂ ਪੁੱਛੋਗੇ ਸਵਾਲ ਜਵਾਬ, ਉਹਦੀ ਬਣਾਵਾਂਗੇ ਆਪਾਂ ਸੀਡੀ, ਸੀਡੀ ਸੁੱਟਾਂਗੇ ਮਾਰਕੀਟ 'ਚ ਤੇ ਜਦੋਂ ਮੈਂ ਫੇਮਸ ਹੋ ਗਿਆ ਮੇਰੇ ਲੱਖਾਂ ਕਰੋੜਾਂ ਸ਼ਰਧਾਲੂ ਬਣ ਗਏ, ਉਸ ਟਾਈਮ 'ਤੇ ਮੈਂ ਕਹੂੰਗਾ ਵੀ ਮੈਂ ਪਾਰਟੀ ਬਣਾ ਲਈ ਹੈ, ਮੈਂ ਖਲੋਣ ਲੱਗਾ ਵੋਟਾਂ 'ਤੇ, ਸਾਰੇ ਸ਼ਰਧਾਲੂ ਮੈਨੂੰ ਵੋਟ ਪਾਓ। ਅਤੇ ਜੇ ਸਾਰੇ ਸ਼ਰਧਾਲੂਆਂ ਨੇ ਮੈਨੂੰ ਵੋਟ ਪਾਤੀ ਮੈਂ ਆਰਾਮ ਨਾਲ ਜਿੱਤ ਜਾਣਾ। ਪਰ ਪਹਿਲਾਂ ਸਾਨੂੰ ਚੈੱਕ ਕਰਨਾ ਪਊਗਾ ਤੁਸੀਂ ਬਾਬਾ ਬਣ ਸਕਦੇ ਕਿ ਨਹੀਂ। ਪੰਜ ਮਿੰਟ ਦਵੋ ਮੈਨੂੰ, ਆਪੂ ਆਪਣੇ ਜਿਹੜੇ ਕੰਮ ਕਰਨੇ ਕਰ ਲਓ, ਫਿਰ ਵੇਖਿਓ ਮੈਂ ਤੁਹਾਨੂੰ ਸਭ ਕੁਝ ਕਰਕੇ ਦੱਸਦਾ ਇੱਥੇ। ਠੀਕ ਹੈ ਠੀਕ ਹੈ, ਚਲੋ ਚਲੋ ਚਲੋ। Do you know? ਬਾਬਾ ਜੀ ਕੜਮਾਲੇ ਆ ਗਿਆ। Do you know? ਬਾਬਾ ਜੀ ਕੜਮਾਲੇ ਆ ਗਿਆ। Do you know? ਬੋਲੋ ਬਾਬਾ ਜੀ ਕੜਮਾਲ ਦੀ ਜੈ। ਬਾਬਾ ਜੀ ਕੜਮਾਲ ਦੀ ਜੈ। ਬਸ 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 ਬਸ, ਜ਼ਿਆਦਾ ਚਿੱਕੜ ਨਾ ਛੁੱਟੋ। ਆਲਕ 2 ਲੱਖ 3 ਲੱਖ 4 ਲੱਖ ਨਾਲ ਕੀ ਬਣਨਾ, ਰੁਪਈਆ 5 ਲੱਖ ਬਾਬਿਆਂ ਦੀ ਤਲੀ ਤੇ ਤਰੋਗੇ ਤੇ ਬਾਬੇ ਬੋਲਣਗੇ। ਠੀਕ ਹੈ ਬਾਬਾ ਜੀ, ਦੇਖ ਲਓ। ਇਹ ਬੜੀ ਅੱਛੀ ਸੇਵਿਕਾ ਸਾਡੀ ਮੁੱਖ ਸੇਵਿਕਾ ਬਿੱਲੋ ਰਾਣੀ, ਬਾਬੇ ਤੇਰੇ ਤੋਂ ਇੰਨੇ ਪ੍ਰਸੰਨ ਨੇ, ਤੇਰੇ ਬਦਲੇ ਬਾਬਿਆਂ ਦੇ ਅੱਗੇ ਕੋਈ ਕੁਛ ਵੀ ਰੱਖ ਦੇ, ਬਾਬਿਆਂ ਨੇ ਨਾ ਚੱਕਣਾ ਨਾ ਤੱਕਣਾ, ਕਿਉਂਕਿ ਸਾਰੇ ਕੰਮ ਜਾਇਜ ਇੱਕ ਅਸਲਾ ਨਜਾਇਜ਼ ਤੇਰੇ ਕਰ ਕੇਰੇ ਕਾਨੇ ਪੈਂਦਾ ਰੱਖਣਾ। ਸਾਰੇ ਕੰਮ ਜਾਇਜ ਇੱਕ ਅਸਲਾ ਨਜਾਇਜ਼ ਤੇਰੇ ਕਰ ਕੇਰੇ ਕਾਨੇ ਪੈਂਦਾ ਰੱਖਣਾ। Do you know? ਬਾਬਾ ਜੀ ਕੜਮਾਲੇ ਆ ਗਿਆ। Do you know? ਬਾਬਾ ਜੀ ਕੜਮਾਲੇ ਆ ਗਿਆ। ਬਾਬਾ ਜੀ ਮੇਰੇ ਤੇ ਵੀ ਕਰੋ ਕਿਰਪਾ। ਤੁਹਾਡੀ ਕਿਰਪਾ ਦਾ ਤੇ ਪਤਾ ਨਹੀਂ, ਕਿਰਪਾ ਤੋਂ ਯਾਦ ਹੈ ਮੇਰੀ ਕਿਰਪਾ ਅਜੇ ਤੱਕ ਨਹੀਂ ਪਹੁੰਚੀ। ਕੀ ਖੰਨੇ ਤੋਂ ਸਾਡੀ ਇੱਕ ਮੁੱਖ ਸੇਵਿਕਾ ਬਣੀ ਕਿਰਪਾ। ਹੈਲੋ ਕਿਰਪਾ ਡਾਰਲਿੰਗ, ਜਲਦੀ ਆ ਜਾਓ ਨਹੀਂ ਤੇ ਮੁੱਖ ਸੇਵਿਕਾ ਕਿਸੇ ਹੋਰ ਨੇ ਬਣ ਜਾਣਾ। ਹਾਂਜੀ ਜੀਜਾ ਜੀ। ਓਏ ਲੇਡੀ ਫਿੰਗਰ, ਮੇਰਾ ਮਤਲਬ ਬਾਬਾ ਜੀ, ਤੁਹਾਡਾ ਨਾਂ ਚਿੱਕੜਮਲ ਕਿਵੇਂ ਪੈ ਗਿਆ? ਬਸ ਲੋਕਾਂ ਕਰਕੇ, ਕਿਉਂਕਿ ਦੇਸ਼ ਦੇ 70% ਲੋਕ ਅਜੇ ਵੀ ਉਹਨਾਂ ਸੜਕਾਂ ਲਾਗੇ ਰਹਿ ਰਹੇ ਨੇ ਜਿੱਥੇ ਟੋਇਆਂ ਦੇ ਵਿੱਚ ਚਿੱਕੜ ਆ, ਤੇ ਬਾਬਿਆਂ ਨੇ ਸੋਚਿਆ ਜੇ 70% ਜਨਸੰਖਿਆ ਆਪਣੇ ਨਾਲ ਕਰਨੀ ਹੈ ਤੇ ਫਿਰ ਆਪਣਾ ਨਾਂ ਹੀ ਚਿੱਕੜਮਲ ਰੱਖ ਲਓ। Do you know? ਬਾਬਾ ਜੀ ਮੈਨੂੰ ਤਾਂ ਤੁਹਾਡੀ ਗੱਲ ਸਮਝ ਨਹੀਂ ਲੱਗੀ। ਬੱਚਾ ਤੂੰ ਸੋਹਣੀ ਕੁੜੀ, ਜਿੱਦਣ ਸੋਹਣੀਆਂ ਕੁੜੀਆਂ ਨੇ ਵੀ ਗੱਲ ਸਮਝ ਲੱਗਣ ਤੇ ਆ ਗਈ, ਸੋਹਣ ਦਾ ਕੀ ਫਾਇਦਾ? ਮਤਲਬ? ਮਤਲਬ ਯੂ ਆਰ ਡੰਬ। ਡੰਬ? ਆਹੋ ਦੱਸ ਤੇ ਦਿੱਤਾ, ਹੋਰ ਕੀ ਲੈਣਾ ਅੰਬ। ਬਾਬਾ ਜੀ ਐਤਕੀ ਵੋਟਾਂ 'ਚ ਕੌਣ ਜਿੱਤੂਗਾ? ਬੀਬੀ ਪਤਾ ਸਾਰਿਆਂ ਨੂੰ ਹੁੰਦਾ ਪਰ ਦੱਸਦਾ ਕੋਈ ਨੀ। ਬਾਬਾ ਜੀ ਇਹ ਦੱਸੋ ਸਾਨੂੰ ਵੋਟ ਪਾਉਣੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ? ਵੋਟ ਜ਼ਰੂਰ ਪਾਉਣੀ ਚਾਹੀਦੀ ਹੈ ਪਰ ਉਹਦੇ 'ਚ ਇੱਕ ਰੂਲ ਆ। ਉਹ ਕੀ? ਇੱਕ ਪਾਸੇ ਮਿਲਦਾ ਪਿਆ ਤੁਹਾਨੂੰ 1000 ਰੁਪਇਆ, ਦੂਜੇ ਪਾਸੇ ਬੰਦਾ ਖਲੋਤਾ ਉਹ ਕੋਈ ਪੈਸੇ ਨਹੀਂ ਦੇਣ ਡਿਆ, ਤੁਹਾਡਾ ਦੋਸਤ ਮਿੱਤਰ ਰਿਸ਼ਤੇਦਾਰ ਆ, ਤੁਸੀਂ ਵੋਟ ਉਹਨੂੰ ਪਾਉਣੀ ਜਿਹਨੇ 1000 ਰੁਪਇਆ ਦਿੱਤਾ, ਕਿਉਂਕਿ ਪੈਸਾ ਹੋਏ ਤੇ ਦੋਸਤ ਮਿੱਤਰ ਰਿਸ਼ਤੇਦਾਰ ਹੁੰਦੇ ਆ, ਨਹੀਂ ਤੇ ਕੋਈ ਨਹੀਂ। Do you know? ਹਾਏ ਹਾਏ ਕਿਹੋ ਜਿਹੀ ਮਾੜੀ ਗੱਲ ਕੀਤੀ ਹੈ ਨਾ। ਬਾਬਾ ਜੀ ਐਤਕੀ ਇਲੈਕਸ਼ਨ 'ਚ ਜੋ ਵੀ ਜਿੱਤੂਗਾ ਉਹ ਦੇਸ਼ ਨੂੰ ਨਾਲ ਲੈ ਕੇ ਤੁਰੂਗਾ? ਦੇਸ਼ ਦਾ ਵੀਜ਼ਾ ਲਵਾ ਕੇ ਤੁਸੀਂ ਅਮਰੀਕਾ ਲੈ ਕੇ ਜਾਣਾ? ਤੇਰੇ ਨਾਲੋਂ ਵੱਡਾ ਰਸੋਈ 'ਚ ਲੋਕਾਂ ਨੇ ਵੇਲਣਾ ਰੱਖਿਆ ਹੁੰਦਾ, ਜੇ ਤੇਰੇ ਕੋਲ ਪੋਸੀਬਲ ਹੁੰਦਾ ਇੱਧਰ ਉੱਧਰ ਲੁੱਕ ਜਾ,
ਫਿਰ ਦੇਸ਼ ਦੀ ਜ਼ਰੂਰ ਡਿਵੈਲਪਮੈਂਟ ਹੋ ਸਕਦੀ ਹੈ। ਬਾਬਾ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਵੀ ਬਾਬਾ ਬਣਾ ਦਿਓ। ਵੈਰੀ ਸਿੰਪਲ, ਕਿੰਨਾ ਪੜ੍ਹੇ ਹੋ? BA। ਇੱਕ BA ਹੋਰ ਕਰ ਲਓ ਬਾਬਾ ਬਣ ਜਾਓਗੇ। ਪਰ ਉਹ ਕਿਤਾ ਬਾਬਾ ਜੀ BA ਬਣ ਗਏ ਬਾਬਾ। ਬਾਬਾ ਜੀ ਧੰਨ ਹੋ ਗਿਆ ਮੈਂ। ਬਾਬਾ ਜੀ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ? ਬੇਟਾ ਸੇਵਾ ਨਾ ਕਰੋ, ਆਟੋ ਕਰੋ ਤੇ ਦਫਾ ਹੋ ਤੁਹਾਡੇ ਲੱਗੇ, ਕਿਉਂਕਿ ਜਿੰਨੀ ਤੁਹਾਡੇ ਕੋਲ ਬਹੁਤ ਆਉਂਦੀ ਪਈ ਨਾ ਬਾਬੇ, ਬੜੇ ਮੁਸ਼ਕਲ ਨਾਲ ਬੈਠੇ ਇੱਥੇ। ਬਾਬਾ ਜੀ ਇੱਕ ਸਵਾਲ ਦਾ ਜਵਾਬ ਦਿਓ। ਇੱਕ ਨਹੀਂ ਤੀਜਾ ਸਵਾਲ ਹੈ ਤੇਰਾ। ਆਹੋ ਮੇਰੀ ਗੱਲ ਸੁਣੋ, ਤੁਹਾਡਾ ਵੋਟਾਂ ਵਾਲੇ ਦਿਨਾਂ 'ਚ ਧਿਆਨ ਤਾਂ ਲੱਗਦਾ ਨਹੀਂ ਹੋਣਾ। ਇੱਕ ਮਿੰਟ, ਹੇ ਦਾਬੜੇ ਦੇ ਮੂੰਹ ਵਾਲੇ ਇਨਸਾਨ, ਤੁਸੀਂ ਐਮਐਲਏ ਸ਼ਬਦ ਲਓ? ਹਾਂਜੀ ਬਾਬਾ ਜੀ। ਸਾਊਦੀ ਅਰਬੀਆ ਤੋਂ ਆਇਆ ਲੱਗਦਾ। ਹਾਂਜੀ ਹਾਂਜੀ। ਕਿੰਨੇ ਕੁ ਖੂਨ ਤੇਲ ਦੇ ਤੁਹਾਡੇ ਕੋਲ? ਬਾਬਾ ਜੀ ਇਹਨਾਂ ਕੋਲ ਖੂਨ ਨਹੀਂ, ਇਹਨਾਂ ਨੇ ਦੋ ਤਿੰਨ ਖੁੱਤੀਆਂ ਕੱਢੀਆਂ, ਉਹਨਾਂ 'ਚ ਕੋਲੀ ਕੁ ਤੇਲ ਨਿਕਲ ਆਉਂਦਾ। ਕੀ ਬਾਤ ਹੈ, ਇਹਨਾਂ ਦਾ ਮੁੱਖ ਵੇਖ ਕੇ ਬਾਬਿਆਂ ਦੇ ਮਨ ਅੰਦਰ ਕੁਛ ਆ ਰਿਹਾ। ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਬਸ 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 ਬਸ। ਲੈ ਦੱਸ, ਗੱਲਾਂ ਗੱਲਾਂ 'ਚ ਭੁੱਲੀ ਗਏ ਆਪਾਂ ਬਾਬਾ ਜੀ ਨਾਲ ਸੰਗੀਤ ਸਭਾ ਵੀ ਤਾਂ ਕਰਨੀ ਹੈ। ਡੂ ਯੂ ਨੋ, ਸਾਨੂੰ ਵੀ ਯਾਦ, ਬਾਬਾ ਜੀ ਪੂਰੀ ਤਿਆਰੀ ਕਰਕੇ ਆਏ ਨੇ, ਪ੍ਰਵਚਨ ਸਾਰੇ ਮੋਬਾਈਲ 'ਚ ਲਿਖੇ ਆ, ਧਿਆਨ ਨਾਲ ਗੌਰ ਫਰਮਾਓ। ਇੱਕ ਮੇਰੀ ਬਿੱਲੋ ਮੇਰਾ ਖਰਚਾ ਕਰਾਵੇ, ਖਰਚਾ ਮੇਰਾ ਹੁੰਦਾ ਤੈਨੂੰ ਬੜੀ ਤਕਲੀਫ ਹੋਣ ਡਈ। ਦੂਜਾ ਸਾਲਾ ਨਾ ਢਾਬੇ ਉੱਤੋਂ ਜਾਵੇ, ਨਾ ਜਾਵੇ ਤੇ ਜਾ ਦਫਾ ਵੀ ਹੋ ਫਿਰ ਉੱਤੋਂ। ਦਾਦੀ ਸੱਸ ਮੂੰਹ ਚੱਕ ਕੇ ਇੱਥੇ ਆਵੜੀ, ਦੁਰਫਟੇ ਮੂੰਹ ਤੇਰੇ, ਪਰ ਗਾਹਕ ਨਾ ਕੋਈ ਆਵੇ ਆਵੇ। ਉਹ ਦਾਲ ਇੰਨੀ ਮਹਿੰਗੀ, ਮੇਰਾ ਮਾਲਕ ਕਿੱਥੋਂ ਖਵਾਵੇ, ਮਹਿੰਗੀ ਇਸ ਦਾਲ ਕਰਕੇ ਟੀਟੂ ਪਰੇਸ਼ਾਨ। ਪੈਸੇ ਟੀਟੂ ਤੇ ਲੱਗਦੇ, ਤੂੰ ਕਿਉਂ ਪਰੇਸ਼ਾਨ ਹੈ? ਮਹਿੰਗੀ ਇਸ ਦਾਲ ਕਰਕੇ ਬੰਦਾ ਪਰੇਸ਼ਾਨ, ਆਟਾ ਮਹਿੰਗਾ ਸਿਮ ਸਸਤੀ ਹੈ ਹਿੰਦੁਸਤਾਨ, ਮਹਿੰਗੀ ਇਸ ਦਾਲ ਕਰਕੇ ਬੰਦਾ ਪਰੇਸ਼ਾਨ। ਤੇਰਾ ਕੁਛ ਹੋਰ ਨਿਕਲ ਜਾਣਾ ਯਾਰ, ਗਰਮੀ ਇੰਨੀ ਮੈਨੂੰ ਸਮਝ ਨਾ ਆਵੇ, ਉੱਤੋਂ ਘਰ ਦੀਆਂ ਤਪਦੀਆਂ ਛੱਤਾਂ ਛੱਤਾਂ, ਇੱਕ ਤੇ ਛਾਤੇ ਫਰਿੱਜ 'ਚ ਤੇ ਬਰਫ ਜੰਮਦੀ ਨਹੀਂ ਓ, ਨਾਲੇ ਟੈਂਕੀ ਦਾ ਪਾਣੀ ਵੀ ਤੱਤਾ ਹੈ ਤੱਤਾ ਹੈ ਤੱਤਾ ਹੈ ਤੱਤਾ। ਇੰਨਾ ਮੇਰੀ ਤੱਤਾ ਹੀ ਤਾਂ ਥੋੜ੍ਹੀ ਰੱਖਿਆ, ਉਹ ਕਿਸ ਨੂੰ ਦੱਸੀਏ ਤੇ ਕਿਸ ਨੂੰ ਸਮਝਾਈਏ, ਉਹ ਸਾਡੀਆਂ ਤੇ ਮਰ ਗਈਆਂ ਮੱਤਾਂ, ਬਿਜਲੀ ਦੇ ਬਿੱਲਾਂ ਕਰਕੇ ਬੰਦਾ ਪਰੇਸ਼ਾਨ, ਬਿਜਲੀ ਦੇ ਬਿੱਲਾਂ ਕਰਕੇ ਬੰਦਾ ਪਰੇਸ਼ਾਨ 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 ਪਰੇਸ਼ਾਨ। ਤੁਹਾਡੇ ਘਰ ਤੇ ਬਿਜਲੀ ਦਾ ਮੀਟਰ ਨਹੀਂ ਲੱਗਾ, ਉਹ ਤੂੰ ਕਿਉਂ ਪਰੇਸ਼ਾਨ? ਕੁੰਡੀਆਂ ਪਾ ਕੇ ਤਾਰਾਂ ਲਾ ਕੇ ਬੱਤੀ ਬਚਾਉਣ ਵਾਲੇ ਹੋ? ਪਾਣੀ ਦੇ ਬਿੱਲਾਂ ਕਰਕੇ ਬੰਦਾ ਪਰੇਸ਼ਾਨ, ਮਹਿੰਗਾਈ ਦੇ ਕਰਕੇ ਹਰ ਬੰਦਾ ਪਰੇਸ਼ਾਨ। ਡੂ ਯੂ ਨੋ, ਪ੍ਰਵਚਨ ਖਤਮ ਹੋ ਗਏ। ਬਾਬਾ ਜੀ ਤੁਹਾਡੇ ਪ੍ਰਵਚਨ ਸੁਣ ਕੇ ਮੇਰੇ ਮਨ 'ਚ ਵੀ ਪ੍ਰਵਚਨ ਆਏ ਨੇ। ਇਰਸ਼ਾਦ ਲਓ ਫਿਰ, 2G 3G 4G ਸਾਰੇ ਮੈਂ ਚੱਟ ਜਾਵਾਂ, ਬਸ ਇੱਕ ਵਾਰੀ ਮੈਨੂੰ ਜਿਤਾ ਦਿਓ, ਸੰਸਦ 'ਚ ਚੜ ਜਾਵਾਂ, ਦੇਸ਼ ਦਾ ਸਾਰਾ ਰੁਪਈਆ ਪੈਸਾ ਲੁੱਟ ਕੇ ਘਰ ਲੈ ਜਾਵਾਂ, ਆਪਣੀ ਫੋਟੋ ਲਾ ਕੇ ਵੱਡਾ ਜਿਹਾ ਦਫ਼ਤਰ ਬਣਾਵਾਂ, ਬਲੈਕ ਮਨੀ ਨਾਲ ਉਸ ਦਫ਼ਤਰ 'ਚ ਪੈਸੇ ਤੁੰਨੀ ਜਾਵਾਂ, ਮੋਬਾਈਲ ਦੀ ਰਿੰਗ ਟੋਨ ਦੇ ਉੱਤੇ ਦੇਸ਼ ਭਗਤੀ ਦਾ ਗੀਤ ਲਗਾਵਾਂ, ਰਿਸ਼ਵਤ ਦੀ ਗੰਗਾ ਦੇ ਵਿੱਚ ਡੁਬਕੀ ਰੋਜ਼ ਲਗਾਵਾਂ, ਲਾਲ ਬੱਤੀ ਵਾਲੀ ਗੱਡੀ 'ਚ ਮੈਂ ਦੇਸ਼ ਵਿਦੇਸ਼ ਘੁੰਮ ਆਵਾਂ, ਮਾਂ 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 ਇੱਕ ਖਾਦੀ ਦੀ ਚੱਦਰ ਦੇ ਦੇ, ਮੈਂ ਵੀ ਨੇਤਾ ਬਣ ਜਾਵਾਂ, ਮੈਂ ਵੀ ਨੇਤਾ ਬਣ ਜਾਵਾਂ, ਮੈਂ ਵੀ ਨੇਤਾ ਬਣ ਜਾਵਾਂ। ਕਿਹੜੀਆਂ ਗੱਲਾਂ, ਮੇਰੀਆਂ ਅੱਖਾਂ ਵਿੱਚ ਹੰਝੂ ਲੈ ਆਈਆਂ, ਹੰਝੂ ਲੈ ਆਈਆਂ, ਉਹ ਚੰਗਾ ਕਲੇਰ ਕੰਠੇ, ਨਾਲੇ ਪਹਿਲਾਂ ਬਾਕੀ ਦੀ ਫਜ਼ੂਲ ਗੱਲਾਂ ਛੱਡੋ, ਮੈਨੂੰ ਦੱਸੋ ਮੈਂ ਆਪਣੇ ਇਹ 'ਚ ਪਲੈਨ 'ਚ ਕਾਮਯਾਬ ਹੋਇਆ ਕਿ ਨਹੀਂ?
ਮੈਂ ਲਾਇਕ ਹੈਗਾ ਨਾ ਐਮਐਲਏ ਬਣਨ ਦੇ ਪੋਲਿਟਿਕਸ ਦੇ ਵਿੱਚ ਖਲੋਂਦੇ? ਹਾਲੇ ਨਹੀਂ, ਪਹਿਲਾਂ ਸਾਨੂੰ ਚੈੱਕ ਕਰਨਾ ਪਊਗਾ ਵੀ ਤੂੰ ਪਾਰਲੀਮੈਂਟ ਵਿੱਚ ਬੋਲ ਸਕਦਾ ਕਿ ਨਹੀਂ। ਦਾਦੀ ਜੀ ਬਿਲਕੁਲ ਸਹੀ ਕਹਿ ਰਹੇ ਨੇ, ਅੱਜ ਇੱਥੇ ਚੈੱਕ ਕਰਾਂਗੇ। ਦੇਖੋ ਜੀ, ਇੱਕ ਪਾਸੇ ਤੁਸੀਂ ਤੇ ਡਮਰੂ ਤੇ ਦੂਜੇ ਪਾਸੇ ਮੈਂ ਤੇ ਮੇਰੇ ਚੀਕੂ ਵੀਰ ਜੀ, ਤੇ ਦਾਦੀ ਜੀ ਤੁਸੀਂ ਬਣੋਗੇ ਸਪੀਕਰ। ਅੱਛਾ, ਦੋ ਪਾਰਟੀਆਂ ਬਣ ਗਈਆਂ ਤੇ ਇੱਕ ਸਪੀਕਰ। ਠੀਕ ਆ, ਪਰ ਇੱਥੇ ਪਾਰਲੀਮੈਂਟ ਸਜਾਵਾਂਗੇ। ਆਰ ਯੂ ਰੈਡੀ? ਆਹੋ। ਹੁਣ ਅਸੀਂ ਪਾਰਲੀਮੈਂਟ ਦੀ ਸਭਾ ਸ਼ੁਰੂ ਕਰਨ ਲੱਗੇ ਹਾਂ। ਸਭਾਪਤੀ ਕੀ ਹੁੰਦਾ? ਮੇਰੇ ਪਤੀ ਦਾ ਤਰਸੇਮ ਲਾਲ ਨੇ। ਸੋਰੀ ਸੋਰੀ, ਸ਼ੇਮ 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 ਸ਼ੇਮ। ਮਾਨਨੀਯ ਤਰਸੇਮ ਲਾਲ ਪਤੀ ਜੀ, ਇਹ ਸਾਡਾ ਦੇਸ਼ ਕਿੱਧਰ ਨੂੰ ਜਾ ਰਿਹਾ ਹੈ? ਇਹ 'ਚ ਪੁੱਛਣ ਵਾਲੀ ਕਿਹੜੀ ਗੱਲ ਹੈ? ਉਹ ਤਾਂ ਤੇਰੇ ਵੱਲ ਵੇਖ ਕੇ ਸਭ ਨੂੰ ਪਤਾ ਲੱਗਣ ਡਿਆ ਕਿੱਧਰ ਜਾ ਰਿਹਾ। ਕੋਈ ਹੋਰ ਗੱਲ ਪੁੱਛ। ਮਾਨਨੀਏ ਸਹਿਬਾਪਤੀ ਜੀ, ਸਹਿਬਾ ਮਿਰਜ਼ੇ ਦੀ ਸੀ, ਮੈਂ ਤਰਸੇਮ ਲਾਲ ਦੀ। ਸੋਰੀ ਸੋਰੀ, ਮੇਰਾ ਮਤਲਬ ਹੈ ਸਭਾਪਤੀ ਜੀ, ਸਾਡੀ ਪਾਰਟੀ ਨੂੰ 2 ਮਿੰਟ ਮਿਲੇ ਹੈ ਤੇ ਇਹ ਬੰਦਾ ਸਾਨੂੰ ਬਾਰ ਬਾਰ ਡਿਸਟਰਬ ਕਿਉਂ ਕਰ ਰਿਹਾ ਹੈ? ਆਰਡਰ ਆਰਡਰ ਆਰਡਰ। ਡਿਸਟਰਬ ਐਸੀ ਨਹੀਂ ਕਰ ਰਹੀ, ਡਿਸਟਰਬ ਇਹ ਕਰ ਰਹੀ ਹੈ, ਇਹ ਬੁੱਲਾ ਦੇ ਅੱਧਾ ਕਿਲੋ ਲਿਪਸਟਿਕ ਲਾ ਕੇ ਆ ਪਿੰਕ ਰੰਗ ਦੇ ਸੂਟ ਪਾ ਕੇ ਇੱਥੇ ਆ ਕੇ ਭੂਆ ਦੇ ਵਿਆਹ ਆਈ ਹੈ। ਇਹਦੇ ਵੱਲ ਦੇਖ ਕੇ ਮੇਰਾ ਮਨ ਭਟਕ ਰਿਹਾ। ਤੇਰਾ ਤਾਂ ਮਨ ਭਟਕ ਰਿਹਾ, ਉਹ ਮੇਰੀ ਤੇ ਬਿੱਲੋ ਆ। ਤੁਸੀਂ ਮਾਲਕ ਹੋ, ਮੈਂ ਨੌਕਰ ਆ, ਥੋੜਾ ਬਹੁਤਾ ਤਾਂ ਮੇਰਾ ਵੀ ਭਟਕੇਗਾ ਨਾ। ਆਰਡਰ ਆਰਡਰ ਆਰਡਰ। ਇਦਾਂ ਕਰੋ ਜੀ, ਇੱਕ ਪਲੇਟ ਪਨੀਰ ਦੀ, ਤੂੰ ਖਾਣਾ ਲੱਛਾ ਪਰਾਂਠਾ, ਇੱਕ ਲੱਛਾ ਪਰਾਂਠਾ, ਇੱਕ ਮਿਕਸ ਵੈਜ ਤੇ ਨਾਲ ਦਾਲ ਮੱਖਣੀ। ਆਰਡਰ ਆਰਡਰ। ਮੈਂ ਤੁਹਾਨੂੰ ਸਬਜ਼ੀ ਭਾਜੀ ਲਿਆਉਣ ਵਾਸਤੇ ਨਹੀਂ ਕਿਹਾ, ਚੁੱਪ ਰਹਿਣ ਵਾਸਤੇ ਕਿਹਾ। ਐਮਪੀ ਚੀਕੂ ਜੀ, ਤੁਸੀਂ ਕੁਝ ਕਹਿ ਰਹੇ ਸੀ? ਇੱਕ ਮਿੰਟ, ਇਹ ਵੀ ਐਮਪੀ ਨੇ? ਫਿਰ ਮੁਹੱਲੇ 'ਚ ਸਾਰੇ ਇਹਨਾਂ ਨੂੰ ਭੀ ਭੀ ਕਹਿ ਕੇ ਕਿਉਂ ਛੇੜਦੇ ਨੇ? ਸ਼ੇਮ 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 ਸ਼ੇਮ। ਸ਼ਟ ਅਪ। ਹੁਣ ਮੈਂ ਕੁਝ ਬੋਲਣ ਵਾ? ਤੁਹਾਡੇ 2 ਮਿੰਟ ਪੂਰੇ ਹੋ ਗਏ ਜੀ, ਹੁਣ ਮਾਈਕ ਬਿੱਲੋ ਜੀ ਨੂੰ ਦਿਓ। ਚੁੱਪ। ਮਾਨਨੀ ਸਭਾਪਤੀ ਜੀ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਜਿਵੇਂ ਜ਼ਮਾਨਾ ਫਾਸਟ ਹੋ ਰਿਹਾ ਹੈ, ਸਾਡੇ ਔਰਤਾਂ ਦੇ ਕੰਮਾਂ ਦੇ ਵੀ ਕੋਈ ਇਹੋ ਜਿਹਾ ਤਰੀਕਾ ਹੋਣਾ ਚਾਹੀਦਾ ਜਿਹੜੇ ਫਾਸਟ ਫਾਸਟ ਹੋਣ। ਉਹ ਕਿਵੇਂ ਜੀ? ਜਿੱਦਾਂ ਜੀ ਆਪਾਂ ਗੱਲ ਕਰੀਏ, ਜਦੋਂ ਸੁਬਾ ਸੁਬਾ ਕਿਸੇ ਔਰਤ ਦਾ ਘਰ ਵਾਲਾ ਕੰਮ ਤੇ ਜਾਂਦਾ ਤਾਂ ਔਰਤ ਨੇ ਸੁਬਾ ਜਲਦੀ ਜਲਦੀ ਆਮਲੇਟ ਬਣਾਉਣਾ ਹੁੰਦਾ ਤੇ ਆਮਲੇਟ ਬਣਾਉਣ ਦੇ ਚੱਕਰ ਵਿੱਚ ਹਮੇਸ਼ਾ ਉਹ ਲੇਟ ਹੋ ਜਾਂਦੀ ਹੈ। ਮੈਂ ਚਾਹੁੰਦੀ ਹਾਂ ਸਾਡੇ ਮੁਹੱਲੇ ਦੇ ਵਿੱਚ ਇਦਾਂ ਦੇ ਆਂਡੇ ਆਉਣ ਜਿਹਦੇ ਵਿੱਚ 2 ਗੋਲੀਆਂ ਹੋਣ, ਤੇ ਮੈਂ ਚਾਹੁੰਦੀ ਹਾਂ ਜੀ ਕਿ ਜਿਹੜੀ ਸਾਡੇ ਘਰੇ ਗੋਭੀ ਆਉਂਦੀ ਹੈ ਉਹ ਕੱਟੀ ਕਟਾਈ ਆਵੇ ਤੇ ਮਟਰ ਕੱਢੇ ਕਢਾਏ ਆਉਣ, ਤਾਂ ਕਿ ਮਟਰ ਦੇ ਵਿੱਚ ਸੁੰਡੀ ਲੱਭਣ ਦਾ ਸਾਡੀ ਟਾਈਮ ਸੇਵ ਹੋ ਜਾਵੇ। ਬਸ ਜੀ, ਇਹੀ ਚਾਹੁੰਦੀ ਹਾਂ। ਸ਼ੇਮ 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 ਸ਼ੇਮ। ਕਿਦਾਂ ਦੀ ਗੱਲ ਹੈ? ਆਰਡਰ ਆਰਡਰ ਆਰਡਰ। ਹਲੋ ਕੀ ਕੀ ਕੀ? ਤੂੰ 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 ਸਿਟ ਡਾਊਨ। ਮੈਡਮ, ਮੈਂ ਇਹ ਕਹਿਣਾ ਚਾਹੁੰਦਾ, ਇਹਦੀਆਂ ਗੱਲਾਂ 'ਚ ਨਾ ਆਇਓ, ਇਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ, ਇਹ ਬੜੀ ਫੱਫੇ ਕੁੱਟਣੀ ਜਨਾਨੀ ਹੈ। ਇਹ ਜਿਹੜੀ ਇਹਨੇ ਗੱਲ ਕੀਤੀ ਹੈ, ਔਰਤਾਂ ਦੇ ਕੀ ਕੰਮ ਹੁੰਦੇ? ਔਰਤਾਂ ਦੇ ਕੰਮ ਹੁੰਦੇ ਗੋਭੀ 'ਚੋਂ ਸੁੰਡੀ ਲੱਭਣੀ, ਚੌਲਾਂ 'ਚੋਂ ਪੱਥਰ ਲੱਭਣੇ ਤੇ ਵੱਧ ਤੋਂ ਵੱਧ ਮਟਰ ਛਿਲਣੇ। ਅੱਛਾ, ਤੁਸੀਂ ਔਰਤ ਨੂੰ ਪੈਰ ਦੀ ਜੁੱਤੀ ਸਮਝਦੇ ਹੋ? ਓਏ ਬਕਵਾਸ ਬੰਦ ਕਰ, ਮੈਂ ਭੁੱਲ ਜਾਣਾ ਕਿ ਮੈਂ ਸਭਾਪਤੀ ਹਾਂ, ਮੈਂ ਜੁੱਤੀ ਮਾਰਨੀ ਹੈ ਭਗਾ ਕੇ ਤੇਰੇ ਤੇ। ਇੱਕ ਸੰਸ ਤੋਹੀਨ ਹੈ ਮੇਰੀ, ਐਡਾ ਕਿਦਾਂ ਤੁਸੀਂ ਆ ਜਾ। ਬਿਲਕੁਲ ਸਹੀ, ਇਹਨਾਂ ਨੇ ਬਿਲਕੁਲ ਸਹੀ ਕਿਹਾ, ਤੇ ਨਾਲੇ ਇਸ ਸਿਚੁਏਸ਼ਨ ਤੇ ਨਾ ਮੈਨੂੰ ਕੁਝ ਲਾਈਨਾਂ ਯਾਦ ਆਈਆਂ। ਆਈ ਆਬਜੈਕਟ। ਇੱਥੇ ਇੱਥੇ ਕੀ ਗੱਲ ਆ, ਖੜਾ ਲੱਗਾ ਲਾਈਨਾਂ 17, ਇਹ ਕੀ ਗੱਲ ਹੋ ਰਹੀ? ਆਰਡਰ ਆਰਡਰ ਆਰਡਰ। ਸੁਣਾਓ ਜੀ, ਇੱਕ ਮਿੰਟ, ਮੇਰੇ ਦੋਸਤੋ, ਮੇਰੇ ਮਿੱਤਰੋ, ਮੇਰੇ ਸੱਜਣੋ, ਪਿਆਰਿਓ, ਇੱਕ ਵਾਰੀ ਝਾਤੀ ਮੇਰੀ ਭਰਜਾਈ ਵੱਲ ਮਾਰਿਓ। ਵਾਹ ਵਾਹ, ਆਰਡਰ ਆਰਡਰ। ਭਰਜਾਈ ਭਰਜਾਈ ਹੁੰਦੀ ਭਾਵੇਂ ਓਪੋਜੀਸ਼ਨ 'ਚ ਕਿਉਂ ਨਾ ਹੋਵੇ, ਗਲਤੀ ਹੋ ਗਈ। ਪਾਗਲ ਜਿਹਾ। ਚਲੋ ਹੁਣ 17 ਮੈਂ ਸੁਣਾਉਣ ਲੱਗੀ ਹਾਂ। ਸੁਣਾਓ ਜੀ। ਹੁੰਨੀ ਲਾਉਣੀ ਸੁਰਖੀ ਬਿੰਦੀ, ਹੁਣ ਤੇ ਪਾਣੀ ਹੈ ਨਿਕਰਾਂ। ਵਾਹ ਵਾਹ। ਹੁੰਨੀ ਲਾਉਣੀ ਸੁਰਖੀ ਬਿੰਦੀ, ਹੁਣ ਤੇ ਪਾਣੀ ਹੈ ਨਿਕਰਾਂ। ਤੁਸੀਂ ਦੱਸੋ ਸਭਾਪਤੀ ਜੀ, ਮੈਂ ਕੀ ਕਰਾਂ ਕੀ ਕਰਾਂ ਕੀ ਕਰਾਂ? ਮੈਂ ਦੱਸਦਾ, ਸਭ ਤੋਂ ਪਹਿਲਾਂ ਤੇ ਇਹਦੇ ਸਾਲੇ ਦੇ ਥੱਪੜ ਮਾਰਨ ਵਾਲੇ ਪੁੱਛ, ਸਾਲਿਆ ਤੂੰ ਮੇਰਾ ਭਰਾ ਹੈ? ਤੇ ਰਹੀ ਗੱਲ ਨਿਕਲ ਪਾਉਣ ਦੀ, ਇਹ ਕੈਸਾ ਜ਼ਮਾਨਾ ਆ ਜੂਗਾ, ਹੈਂ? ਸ਼ਰਮ ਨਾ ਆਊਗੀ,
ਨਿੱਕਰ ਪਾ ਕੇ ਭਰਾ ਦੇ ਨਾਲ ਤੁਰੀ ਫਿਰੇਂਗੀ। ਕਿੱਡੀ ਤੂੰ ਗੁੱਤ ਤੇ ਫੁੱਲ ਲਾ ਕੇ ਮੁਮਤਾਜ ਬਣੀ। ਇੱਕ ਮਿੰਟ ਮਾਲਕੋ ਥੱਲੇ ਬੈਠੋ, ਮੇਰੀ ਗੱਲ ਸੁਣੋ ਧਿਆਨ ਨਾਲ। ਅਸੀਂ ਦੁਨੀਆ ਦੇ ਵੱਡੇ ਵੱਡੇ ਮੁੱਦੇ ਛੱਡ ਕੇ ਇਹ ਕਿਹੜੇ ਛੋਟੇ ਮੋਟੇ ਮੁੱਦਿਆਂ 'ਚ ਪਏ ਹਾਂ? ਤੁਸੀਂ ਠੀਕ ਕਹਿ ਰਹੇ ਹੋ ਜੀ, ਤੁਹਾਨੂੰ 2 ਮਿੰਟ ਦਿੱਤੇ, ਤੁਸੀਂ ਬੋਲੋ। ਮੇਰਾ ਕਹਿਣਾ ਇਹ ਹੈ, ਮੇਰਾ ਮੇਨ ਮੁੱਦਾ ਹੈ ਕਿ ਦੁਨੀਆ 'ਚ ਕੋਈ ਭੁੱਖਾ ਨਹੀਂ ਮਰਨਾ ਚਾਹੀਦਾ। ਬਿਲਕੁਲ ਠੀਕ ਹੈ। ਵੈਲ, ਦੁਨੀਆ 'ਚ ਕੋਈ ਵੀ ਰੈਸਟੋਰੈਂਟ ਜਾਂ ਢਾਬਾ ਹੋਵੇ, ਉੱਥੇ ਰੋਟੀ ਵੇਟਰ ਹੀ ਖਵਾਉਂਦਾ। ਤੇ ਜੇ ਵੇਟਰ ਨੂੰ ਨਾ ਤਨਖਾਹ ਦਿੱਤੀ ਜਾਵੇ ਤੇ ਉਹ ਰੁੱਸ ਜਾਵੇ ਤੇ ਰੋਟੀ ਕੌਣ ਖਵਾਏਗਾ? ਇਸ ਲਈ ਮੈਂ ਕਹਿਣਾ ਚਾਹੁੰਦਾ, ਮੇਰਾ ਹਿਸਾਬ ਕਲੀਅਰ ਕਰੋ, ਮੈਨੂੰ ਤਨਖਾਹ ਦਿਓ। ਇਨਕਲਾਬ ਜਿੰਦਾਬਾਦ! ਇਨਕਲਾਬ! ਸਭਾ ਦੀ ਮਰਿਆਦਾ ਰੱਖੀ ਜਾਵੇ। ਮੇਰੇ ਕੋਲ ਇੱਕ ਬਿੱਲੋ ਨਹੀਂ ਰੱਖੀ ਜਾਂਦੀ, ਮਰਿਆਦਾ ਸਵਾਹ ਰੱਖਣੀ ਮੈਂ? ਇਹ ਝੂਠ ਬੋਲਦਾ ਪਿਆ। ਮਾਈ ਲੋਰਡ, ਤੁਸੀਂ ਸਭ ਨੂੰ ਬੋਲਣ ਦਾ ਮੌਕਾ ਦਿੱਤਾ। ਹਾਂ, ਹੁਣ ਮੈਂ ਵੀ 2 ਸ਼ਬਦ ਕਹਿਣਾ ਚਾਹੁੰਦਾ। ਬੋਲੋ। 1 ਮਿੰਟ, ਮੇਰਾ ਫੋਨ ਆ ਗਿਆ। ਹੈਲੋ 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 ਹੈਲੋ, ਚੈੱਕ ਚੈੱਕ ਚੈੱਕ। ਹਾਂਜੀ, ਠੀਕ। ਅੱਛਾ, ਇੱਕ ਪਹਿਲਾਂ ਅਨਾਊਂਸਮੈਂਟ ਹੈ ਜੀ ਸਾਰਿਆਂ ਵਾਸਤੇ। ਪਾਰਕਿੰਗ ਦੇ ਵਿੱਚ ਗੱਡੀ ਨੰਬਰ PB06 4680 ਲੱਗੀ ਹੈ, ਜਿਹਦੀ ਵੀ ਹੈ ਪਲੀਜ਼ ਪਰਾਂ ਕਰ ਲਓ, ਗੱਡੀ ਲੱਗਣੀ ਦੂਜੀ। ਉਹ ਸਾਲਿਆ, ਤੂੰ ਕੋਈ ਟੈਨਸ਼ਨ ਲੈਣ ਡਿਆ, ਗੱਡੀ ਦੀ ਗੱਲ ਕਰਦਾ ਪਿਆ, ਤੂੰ ਤਾਂ ਚਿੜੀ 'ਤੇ ਬਹਿ ਕੇ ਆਉਂਦਾ, ਉਹਦੀ ਕਾਹਦੀ ਪਾਰਕਿੰਗ? ਸਭਾਪਤੀ ਮਹੋਦਨੀ, ਮੈਂ ਇਹ ਕਹਿਣਾ ਚਾਹੁੰਦਾ, ਮੈਂ ਇੱਕ ਦੁਖੀ ਜਵਾਈ ਹਾਂ। ਹੋ ਕੀ? ਤੇਰੇ ਕਰਕੇ ਦੁਖੀ ਹਾਂ ਬਿੱਲੋ। ਜਦੋਂ ਦਾ ਤੇਰੇ ਨਾਲ ਵਿਆਹ ਆਇਆ, ਮੇਰੀ ਜ਼ਿੰਦਗੀ 'ਚ ਦੁੱਖ ਆਉਣੇ ਸ਼ੁਰੂ ਹੋ ਗਏ ਆ। ਕਿਉਂਕਿ ਦੇਖੋ, ਹਰ ਘਰ ਦੇ ਵਿੱਚ ਜ਼ਿਆਦਾਤਰ ਤੁਸੀਂ ਦੇਖਿਆ ਹੋਏਗਾ, ਅਸ਼ਾਂਤੀ ਹੈ, ਲੜਾਈ ਹੈ। ਉਹਦਾ ਸਭ ਤੋਂ ਮੇਨ ਕਾਰਨ ਪਤਾ ਕੀ ਹੈ? ਕਿ ਕੁਛ ਜਵਾਈਆਂ ਦੇ ਘਰੇ ਉਹਨਾਂ ਦੇ ਸਾਲੇ ਸੱਸ, ਦਾਦੀ ਸੱਸ ਵੀ ਮੂੰਹ ਚੱਕ ਕੇ ਤੁਰੇ ਫਿਰਦੇ ਆ। ਸੋ ਮੇਰੀ ਇੱਕੋ ਹੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਕੋਈ ਬਿੱਲ ਪਾਸ ਕਰਕੇ ਇਸ ਜਵਾਈ ਦੇ ਪੁਰਾਣੇ ਬਿੱਲ ਕਲੀਅਰ ਕਰੋ ਤੇ ਇੱਥੋਂ ਵਗਦੇ ਹੋਵੋ। ਸੋਰੀ, ਦੈਟਸ ਆਲ, ਦਫਾ ਹੋਵੋ ਇੱਥੋਂ। ਮੈਂ ਆਪੋਜੀਸ਼ਨ ਨੂੰ ਕਹਿਣਾ ਚਾਹੁੰਦੀ ਹਾਂ, ਹੈਲੋ ਬਾਬਾ ਜੀ ਕਾ ਉੱਲੂ ਤੇ ਤੁਹਾਡੇ ਲਈ ਸ਼ਿੰਦੇ ਕਾ ਛਣਕਣਾ। ਸਭਾਪਤੀ ਜੀ, ਮੈਨੂੰ 2 ਮਿੰਟ ਦਿਓ ਜਰਾ। ਬੋਲੋ ਜੀ। ਓ ਹੈਲੋ, ਕਿੱਧਰ ਚੱਲਿਆ? ਮੈਂ ਥੋੜਾ ਜੰਗਲ ਪਾਣੀ ਜਾ ਕੇ ਆਵਾਂ। 1 ਮਿੰਟ ਸਭਾਪਤੀ ਜੀ, ਹਜੇ ਪਾਰਲੀਮੈਂਟ ਖਤਮ ਨਹੀਂ ਹੋਈ, ਸੰਸਦ ਚ ਖਿਲਾਫ ਕਰ ਲਾਂਗਾ, ਅਸੀਂ ਨਹੀਂ ਜਾਣ ਦੇਣਾ। ਮੈਡਮ, ਆਰਡਰ ਆਰਡਰ ਆਰਡਰ, ਅਸੀਂ ਇੱਥੇ ਧਰਨਾ ਲਾ ਦੇਣਾ ਜੇ ਗਿਆ ਹੈ ਤਾਂ। ਬੈਠੋ ਬੈਠੋ, ਅਸੀਂ ਖਿਲਾਫ ਕਰ ਲਾਂ। ਬੈਠੋ। ਸ਼ੇਮ 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 ਸ਼ੇਮ, ਆਰਡਰ ਆਰਡਰ ਆਰਡਰ। ਆਪੋਜੀਸ਼ਨ ਜੀ, ਤੁਸੀਂ ਸਾਡੀ ਪਾਰਟੀ ਦੇ ਅਧਿਕਸ਼ ਨੂੰ ਕੁਛ ਨਹੀਂ ਕਹਿ ਸਕਦੇ। ਇਹ ਅਧਿਕਸ਼ ਹੈ, ਇਹ ਤੇ ਅੱਧਾ ਅਧਿਕਸ਼ ਹੈ। ਸਭਾਪਤੀ ਜੀ, ਮੈਂ ਪ੍ਰੋਟੋਕੋਲ ਤੋੜ ਕੇ ਇਹਦੇ ਮੂੰਹ ਤੇ ਥੁੱਕਣਾ ਚਾਹੁੰਦਾ। 1 ਮਿੰਟ, ਅਸੀਂ ਕਿਹੜਾ ਤੇਰੀ ਆਰਤੀ ਕਰਨੀ ਹੈ? ਅਸੀਂ ਵੀ ਤੇਰੇ ਮੂੰਹ ਤੇ ਥੁੱਕਾਂਗੇ। ਅੱਛਾ, ਆ ਜਾਓ ਫਿਰ ਇੱਧਰ ਇੱਧਰ ਆਓ। ਦੇਖੋ, ਹਿੰਸਾ ਸ਼ੁਰੂ ਕੀਤੀ ਔਰਤ ਨੇ, ਥੁੱਕ ਥੁੱਕ ਮੇਰੇ ਤੇ, ਲਾਲ ਮੁੱਖ ਤੇਰੇ ਤੇ। ਆਰਡਰ 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 ਆਰਡਰ, ਆਈਸੀ ਆਰਡਰ 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 ਆਰਡਰ। ਦੇਖਿਆ, ਸਾਡੇ ਤੋਂ ਆਪਣਾ ਘਰ ਤੇ ਬਚਾਇਆ ਨਹੀਂ ਜਾਂਦਾ ਤੇ ਅਸੀਂ ਗੱਲਾਂ ਕਰਦੇ ਹਾਂ ਦੇਸ਼ ਨੂੰ, ਦੁਨੀਆ ਨੂੰ ਬਚਾਉਣ ਦੀਆਂ। ਵੈਸੇ ਬਿਨਾਂ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ, ਇੱਜ਼ਤ ਐਵੇਂ ਘੱਟ ਜਾਂਦੀ ਹੈ। ਪਰ ਮੈਂ ਫਿਰ ਵੀ ਦਵਾਂਗਾ ਕਿ ਜੇ ਹਰ ਬੰਦਾ ਆਪਣੇ ਆਪ 'ਤੇ ਕੰਮ ਕਰਨਾ ਸ਼ੁਰੂ ਕਰ ਦੇਵੇ ਨਾ, ਤਾਂ ਦੇਸ਼ ਦਾ ਕੰਮ ਆਪਣੇ ਆਪ ਹੋ ਜਾਊਗਾ। ਟੈਕਸ ਟਾਈਮ ਸਿਰ ਦਿਓ, ਰਿਸ਼ਵਤ ਨਾ ਲਵੋ, ਮਿਹਨਤ ਕਰੋ ਅਤੇ ਕੁਰਸੀ ਦੇ ਚੱਕਰ 'ਚ ਬਿਲਕੁਲ ਨਾ ਪਵੋ। ਕਿਉਂਕਿ ਇਹ ਕੁਰਸੀ ਇੱਕ ਐਸੀ ਚੀਜ਼ ਆ ਜਿਹਦਾ ਲਾਲਚ, ਉਹ ਚਾਹੇ ਅਫਸਰ ਹੋਵੇ ਜਾਂ ਨੇਤਾ ਦੀ ਕੁਰਸੀ, ਬੰਦੇ ਦਾ ਦਿਮਾਗ ਘੁਮਾ ਦਿੰਦੀ। ਕੁਰਸੀ ਦੇ ਚੱਕਰ 'ਚ ਨਹੀਂ ਪੈਣਾ ਕਦੇ। 1 ਮਿੰਟ ਜ਼ਰਾ। ਹਾਂਜੀ, ਹੈਲੋ। ਹਾਂਜੀ, ਕੀ ਪ੍ਰਧਾਨ ਦੀਆਂ ਵੋਟਾਂ ਹੋਣੀਆਂ, ਉਹਦੇ 'ਤੇ ਮੈਨੂੰ ਟਿਕਟ ਦੇਣਾ ਚਾਹੁੰਦੇ? ਮੈਂ ਆ ਰਿਹਾ, ਬਿਜ਼ੀ, ਮੈਂ ਸਾਰੇ ਕੰਮ ਛੱਡ ਕੇ ਆਉਣ ਲੱਗਾ ਜੀ। ਹਾਂਜੀ, ਮਹਾਰਾਜ, ਜਿੰਨਾ ਪੈਸਾ ਪੋਲੀਟਿਕਸ 'ਚ ਆ, ਕਿਸੇ ਹੋਰ 'ਚ ਥੋੜ੍ਹੀ ਆ। ਹਾਂ, ਆ ਰਿਹਾ ਜੀ ਮੈਂ। ਅਤੇ ਹਾਂਜੀ, ਮੈਂ ਕਹਿ ਰਿਹਾ ਸੀ ਕੁਰਸੀ ਦੇ ਚੱਕਰ 'ਚ ਬਿਲਕੁਲ ਨਹੀਂ ਪੈਣਾ। ਪਰ ਯਾਰ, ਇੱਕ ਗੱਲ ਆ, ਕੁਰਸੀ 'ਤੇ ਬੈਠ ਕੇ ਮਜ਼ਾ ਬੜਾ ਆਉਂਦਾ।